ਦੱਜਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਹ ਦਾ ਵਿਚਾਰ ਪ੍ਰੋਗਰਾਮ ਪੇਸ਼ ਕਰਨ ਦਾ ਵੇਲਾ ਹੋ ਗਿਆ ਤੇ ਅਸੀਂ ਵੀ ਸਜ ਤਜ ਕੇ ਤਿਆਰ ਹੋ ਕੇ ਆ ਗਏ ਆ ਹਾਜ਼ਰ ਹੋ ਗਏ ਆ ਸੋ ਮੈਂ ਹਾਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਦੱਬੀਆ ਵਾਲਾ ਝੱਗਾ ਪਾ ਕੇ ਹਾਜ਼ਰ ਨੇ ਸਵਰਨ ਸਿੰਘ ਟਾਣਾ ਜੀ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਟਾਣਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਿਲਕੁਲ ਠੀਕ ਚੱਲ ਦੇ ਕਲਾ ਜ਼ਿੰਦਗੀ ਕਿਵੇਂ ਚੱਲਦੀ ਹੈ ਜ਼ਿੰਦਗੀ ਜੰਦਾਬਾਦ ਟਣਾ ਟਣ ਬਿਲਕੁਲ ਸਿਹਤ ਠੀਕ ਨਹੀਂ ਲਗਭਗ 80 85 ਫੀਸ ਦੀ ਠੀਕ ਆ ਹਾਂ ਤਾਂ ਹੀ ਮੈਂ ਕਹਿ ਵੀ ਬਿਲਕੁਲ ਨਹੀਂ ਕਿਹਾ ਜਾ ਸਕਦਾ 10 15 ਫੀਸ ਤੂੰ ਤਾਂ ਵੈਸੇ ਹੀ ਛੋਟ ਹੁੰਦੀ ਹਰ ਕੰਮ ਦੇ ਵਿੱਚ ਫੀਸ ਦੇ ਮਾਮਲੇ 'ਚ ਕੋਈ ਛੋਟ ਨਹੀਂ ਚਲ ਹੁਣ ਕੀ ਕਰਗੇ ਬਿਲਕੁਲ ਟਣਾ ਟਨ ਹੋਵੇ ਦਵਾਈ ਖਾਓ ਸਮੇਂ ਸਰ ਦਿਖਾ ਰਹੇ ਹਾਂ ਟੈਸਟ ਕਰਾਓ ਖੂਨ ਦਾ ਕਰਵਾਤੇ ਆਪੇ ਹੱਸ ਆ ਗਿਆ ਨਾ ਝੂਠ ਬੋਲਦੇ ਆ ਬੰਦੇ ਦੇ ਛੇਰੇ ਤੇ ਮੁਸਕਾਨ ਆ ਹੀ ਜਾਂਦੀ ਹੁੰਦੀ ਹੈ ਅੱਛਾ ਜੀ ਦਵਾਈ ਖਾ ਰਹੇ ਹਾਂਜੀ ਚਲੋ ਖੈਰ ਚਾਹ ਦਾ ਵਿਚਾਰ ਦੀ ਸਾਂਝ ਪਾਈ ਚਾਹ ਦਾ ਵਿਚਾਰ ਗੌਰ ਨਾਲ ਹੁਣ ਸੁਣਿਓ ਬੜਾ ਮਹੱਤਵਪੂਰਨ ਆ ਕਿ ਵਿਹਾਰ ਉਹ ਪੌੜੀ ਹੈ ਵਿਹਾਰ ਉਹ ਪੌੜੀ ਹੈ ਜਿਹਦੇ ਰਾਹੀਂ ਤੁਸੀਂ ਮਨ ਦੇ ਵਿੱਚ ਵੀ ਉਤਰ ਸਕਦੇ ਹੋ ਤੇ ਮਨ ਤੋਂ ਵੀ ਉਤਰ ਸਕਦੇ ਹੋ ਵਾ ਵਾ ਤੁਸੀਂ ਮਨ ਦੇ ਵਿੱਚ ਉਤਰਨਾ ਕਿ ਮਨ ਤੋਂ ਉਤਰਨਾ ਇਹ ਤੁਹਾਡੀ ਆਪਣੀ ਨਿੱਜੀ ਮਰਜ਼ੀ ਆ ਜੀ ਸੋ ਇਸ ਕਰਕੇ ਵਿਹਾਰ ਆਪਦਾ ਸਹੀ ਰੱਖੋ ਬਿਲਕੁਲ ਵਧੀਆ ਤਰੀਕੇ ਨਾਲ ਵਿਚਰੋ ਤੇ ਇਸ ਪੌੜੀ ਦੇ ਡੰਡਿਆਂ ਦੀ ਸਹੀ ਤਰੀਕੇ ਨਾਲ ਵਰਤੋਂ ਕਰੋ ਬਿਲਕੁਲ ਤੇ ਨਾਲ ਦੀ ਨਾਲ ਇਹਦੇ ਇਹ ਵੀ ਗੱਲ ਜੁੜਦੀ ਹੈ ਕਿ ਮਨ ਵਿੱਚ ਉਤਰਨ ਦੇ ਵਿੱਚ ਸਮਾਂ ਲੱਗਦਾ ਬਹੁਤ ਸਮਾਂ ਲੱਗਦਾ ਕਿਸੇ ਦੇ ਮਨ ਚ ਉਤਰਨ ਦੇ ਲਈ ਪਰ ਮਨ ਤੋਂ ਉਤਰਨ ਦੇ ਲਈ ਇੱਕ ਗਲਤੀ ਕਾਫੀ ਹੁੰਦੀ ਬਿਲਕੁਲ ਇੱਕ ਨਿੱਕੀ ਜਿਹੀ ਕੋਈ ਨਾ ਕਰਤੂਤ ਕਰੋ ਇਹੋ ਜੀ ਨਾਲ ਦੇ ਨਾਲ ਬੰਦਾ ਫੋਕਾ ਚੱਲ ਪਰੇ ਹਾਂ ਤੂੰ ਅੱਜ ਤਵਾ ਹਾਂ ਮੇਰੀਆਂ ਅੱਖਾਂ ਸਾਹਮਣੇ ਨਹੀਂ ਆਉਣਾ ਜਾਂ ਆਉਣੀ ਚਾਹੀਦੀ ਹਾਂ ਹਾਂ ਉੱਥੇ ਗੱਲ ਖਤਮ ਮਰ ਜਾਊਗਾ ਜਿਨਾਂ ਨੇ ਦੂੰਗਾ ਫਿਰ ਬੰਦਾ ਵੀ ਗੱਲਾਂ ਕਰਦਾ ਇਹ ਹੋਈਆਂ ਹਾਂ ਜੀ ਹਿੰਦੀ ਦੇ ਵਿੱਚ ਨਹੀਂ ਪੰਜਾਬੀ ਵਿੱਚ ਵੀ ਕਰ ਲੈਂਦਾ ਉਹਦਾ ਹਾਂ ਜੀ ਅੰਗਰੇਜ਼ੀ ਚ ਵੀ ਕੱਲ ਮੈਂ ਮੜਜਾ ਟੀਵੀ ਤੇ ਦੇਖਿਆ ਜੀਨੇ ਨਹੀਂ ਦੂੰਗਾ ਇੱਕ ਫਿਲਮ ਆਈ ਜਾਵੇ ਅੱਛਾ ਜੀ ਮੈਂ ਕਿਹਾ ਯਾਰ ਫਿਲਮਾਂ ਦੇ ਨਾਂ ਕਿਵੇਂ ਹੁੰਦੇ ਸੀ ਹਾਂ ਜੀਨੇ ਨਹੀਂ ਦੂੰਗਾ ਮਾਰ ਦੂੰਗਾ ਹੂੰ ਕੱਟ ਦੂੰਗਾ ਵਾੜ ਦੂੰਗਾ ਵਾੜ ਦੂੰਗਾ ਯਾਨੀ ਮਤਲਬ ਕੱਟ ਹੀ ਦੂੰਗਾ ਟਾਣਾ ਸਾਹਿਬ ਸਾਈ ਤੁਹਾਨੂੰ ਕਹਿੰਦਾ ਦਵਾਈ ਲਿਆ ਕਰੋ ਸਮਝ ਸਰ ਖਾਂਗ ਹੋਈ ਹੈ ਹੋਰ ਹੀ ਗੱਲਾਂ ਕਰੀ ਜਾਂਦੇ ਹੋ ਹਾਂ ਚਲੋ ਖੈਰ ਮੇਰੇ ਵਾਲਾ ਚਾਹੀਦਾ ਵਿਚਾਰ ਗੌਰ ਫਰਮਾਇਓ ਟਾਣਾ ਸਾਹਿਬ ਜੀ ਕਹਿੰਦਾ ਦੁਨੀਆਂ ਦੇ ਅੱਧੇ ਗਮ ਤਾਂ ਅਸੀਂ ਦੁਨੀਆ ਦੇ ਅੱਧੇ ਗਮਤਾ ਸੀ ਦੂਸਰਿਆਂ ਤੋਂ ਬੇ ਲੋੜੀਆਂ ਉਮੀਦਾਂ ਰੱਖ ਕੇ ਹੀ ਪਾੜ ਲੈਂਦੇ ਆ ਬਿਲਕੁਲ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਜੀ ਅੱਗੇ ਇੰਨੇ ਹੀ ਸੀ ਅੱਛਾ ਇੰਨੇ ਹੀ ਸੀ ਦੁਨੀਆ ਦੇ ਅਧੋਂ ਵੱਧ ਗਮਤਾ ਸੀ ਬੇ ਲੋੜੀਆਂ ਉਮੀਦਾਂ ਰੱਖ ਕੇ ਹੀ ਪਾੜ ਲੈਂਦੇ ਆ ਤੇ ਬੇ ਲੋੜੀਆਂ ਉਮੀਦਾਂ ਨਾ ਰੱਖੋ ਜੀ ਕਿਸੇ ਤੋਂ ਵੀ ਨਾ ਰੱਖੋ ਜਿਨ੍ਹਾਂ ਕਾ ਆਪਾਂ ਕਿਸੇ ਦੇ ਕੰਮ ਆ ਸਕਦੇ ਆ ਉਹਨਾਂ ਕੀ ਆਸ ਕਰੋ ਵੀ ਭਾਈ ਉਹ ਵੀ ਮੇਰੇ ਆਊਗਾ ਮੈਨੂੰ ਇਹ ਲੱਗਦਾ ਸਾਡੇ ਵਿੱਚੋਂ ਨਾ ਬਹੁਤ ਇਹ ਹੁੰਦਾ ਵੀ ਆਪ ਤੱਕ ਕਿਸੇ ਨੂੰ ਕਦੇ ਫੋਨ ਦੀ ਟੱਲੀ ਨਹੀਂ ਖੜਕਾਉਂਦੇ ਬੱਚੜੀ ਇਹ ਉਹਦਾ ਫਰਜ਼ ਬਣਦਾ ਇਹ ਉਹਦਾ ਨਿੱਜੀ ਫਰਜ਼ ਬਣਦਾ ਅਸੀਂ ਉਹਦੇ ਲਈ ਕੀ ਨਹੀਂ ਕੀਤਾ ਜਿਉਂ ਅਸੀਂ ਬਚਪਨ ਤੋਂ ਉਹਦੀ ਮਦਦ ਕਰ ਰਹੇ ਹਾਂ ਬਸ ਉਦੋਂ ਮਨਮੋਹਨ ਵਾਰਾ ਸਾਹਿਬ ਦਾ ਉਹ ਗਾਣਾ ਯਾਦ ਆਉਂਦਾ ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਹੀ ਗੱਲ ਆ ਉਦੋਂ ਉਹ ਸੋਚੀ ਜਾਂਦਾ ਹੁੰਦਾ ਮੈਂ ਇਹਦੇ ਲਈ ਕੀ ਨਹੀਂ ਕੀਤਾ ਉਦੋਂ ਉਹ ਕੱਲਾ ਬਹਿ ਕੇ ਸੋਚਦਾ ਐ ਵੀ ਕੱਲਾ ਬਹਿ ਕੇ ਸੋਚੇ ਉਹਨੇ YouTube ਤੇ ਗਾਣਾ ਕਸਾਇਆ ਹੁੰਦਾ ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਹਾਂ ਇਸ ਕਰਕੇ ਭਾਈ ਆਪ ਹੀ ਆਪਦੀ ਜ਼ਿੰਮੇਵਾਰੀ ਨਿਭਾਓ ਜੀ ਤੇ ਬਸ ਐਵੇਂ ਨਾ ਪੱਗੇ ਫੁੰਗੇ ਤੇ ਪੈ। ਮੈਂ ਤਾਂ ਇਹ ਮੰਨਦੀ ਆ ਵੈਸੇ ਟੈਣਾ ਸਾਹਿਬ ਚਲੋ ਬੇ ਲੋੜੀਆਂ ਤਾਂ ਆਪਾਂ ਕਹਿ ਦਿੱਤਾ ਵੀ ਬੇ ਲੋੜੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਕਿਸੇ ਤੋਂ ਵੈਸੇ ਲੋੜ ਵਾਲੀਆਂ ਵੀ ਨਹੀਂ ਰੱਖਣੀਆਂ ਚਾਹੀਦੀਆਂ। ਉਮੀਦ ਜਿੱਥੇ ਰੱਖੋਗੇ ਉੱਥੇ ਇੱਕ ਡਰ ਨਾਲ ਦੀ ਨਾਲ ਹੀ ਪੈਦਾ ਹੋ ਜਾਂਦਾ ਕਿ ਇਹ ਉਮੀਦ ਟੁੱਟੂਗੀ। ਸਹੀ। ਹਣਾ ਕਿਤਨਾ ਕਿਤੇ ਜ਼ਿਹਨ ਦੇ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਹੈ ਵੀ ਜਿਹੜੀ ਮੈਂ ਉਮੀਦ ਰੱਖ ਰਹੀ ਜੇ ਨਾ ਹੋਇਆ ਤਾਂ ਜੇ ਉਮੀਦ ਪੂਰੀ ਨਾ ਹੋਈ ਤਾਂ ਸੋ ਜਿੱਥੇ ਤਾਂ ਆ ਗਿਆ ਜਾਂ ਜੇ ਸ਼ਬਦ ਆ ਗਿਆ ਉਥੇ ਕਦੇ ਵੀ ਫਲ ਨਹੀਂ ਲੱਗਦਾ ਹੁੰਦਾ ਇਸ ਲਈ ਕਿਸੇ ਤੋਂ ਨਾ ਤਾਂ ਲੋੜ ਵਾਲੀ ਕੋਈ ਉਮੀਦ ਰੱਖੋ ਨਾ ਬੇਲੋੜੀ ਉਮੀਦ ਰੱਖੋ ਆਪਣੇ ਆਪ ਤੇ ਵਿਸ਼ਵਾਸ ਰੱਖੋ ਕਿ ਮੈਂ ਇੰਨੇ ਜੋਗਾ ਹਾਂ ਜਾਂ ਇੰਨੀ ਜੋਗੀ ਹਾਂ ਮੈਂ ਇਹ ਕਰ ਸਕਦਾ ਹਾਂ ਤੇ ਇੰਨਾ ਕ ਹੀ ਮੇਰੇ ਤੋਂ ਹੋ ਸਕਦਾ ਬਿਲਕੁਲ ਸਹੀ ਗੱਲ ਹੈ ਪਰ ਬੰਦਾ ਇਸ ਗੱਲ ਨੂੰ ਸਮਝਦਾ ਨਹੀਂ ਨਾ ਜੀ ਕਿੰਨਾ ਕ ਸਮਝਦੇ ਕੋਈ ਤੁਸੀਂ ਵੇਖੋ ਵੀ ਕਦੇ ਸਮਝੇ ਇਸ ਗੱਲ ਨੂੰ ਕੋਈ ਵੀ ਕਦੇ ਇਸ ਗੱਲ ਨੂੰ ਸਮਝਾ ਅਜੇ ਤੱਕ ਕੋਈ ਨਹੀਂ ਸਮਝਦਾ ਇਹ ਸਿਰਫ ਗੱਲਾਂ ਹੀ ਰਹਿ ਜਾਂਦੀਆਂ ਅਸੀਂ ਸਭ ਸਮਝ ਰਹੇ ਹਾਂ ਅੱਛਾ ਹਾਂ ਚੰਚ ਦਾ ਵਿਚਾਰ दाना साहब आज फिर ਤੁਹਾਡੀਆਂ ਗੱਲਾਂ ਬਾਤਾਂ ਦੇ ਵਿੱਚ ਮੌਸਮ ਦੀ ਹਾਲਬਿਆ ਨਹੀਂ ਰਹਿ ਗਈ ਨਾ ਮਤਲਬ ਇਹ ਮੈਂ ਗੱਲਾਂ ਬਾਤਾਂ ਦੇ ਵਿੱਚ ਬੰਦੇ ਨੂੰ ਮੰਤਰ ਮੋਗ ਦੀ ਇੰਨਾ ਕਰਦਾ ਇਹਦਾ ਮਤਲਬ ਇਹ ਨਿਕਲਿਆ ਜੀ ਭਾਈ ਬੰਦਾ ਗੱਲ ਹੀ ਭੁੱਲ ਜਾਂਦਾ ਹਾਂਜੀ ਇਹਦਾ ਮਤਲਬ ਮੇਰੇ ਚ ਕਲਾ ਕਰਦੀ ਡੁੱਲ ਡੁੱਲ ਪੈਂਦੀ ਆ ਬਿਲਕੁਲ ਡੁੱਲ ਇਕੱਠੀ ਕਰਕੇ ਲੈ ਜਾਣੀ ਆ ਆਪਾਂ ਸ਼ਾਮ ਨੂੰ ਮੇਰੇ ਵਰਗੀ ਕਿਸ ਕੋਈ ਨਹੀਂ ਹਾਂਜੀ ਮੇਰੇ ਸਦਕੇ ਹਾਂ ਵੈਰੀ ਗੁੱਡ ਵੈਰੀ ਗੁੱਡ ਬਹੁਤ ਬਹੁਤ ਸ਼ਾਬਾਸ਼ ਪਰ ਹੁਣ ਮੌਸਮ ਦੀ ਹਾਲਬਿਆ ਨਹੀਂ ਕਰ ਦੋ ਬਹੁਤ ਵਧੀਆ ਹੁਣ ਕੀ ਬਿਆਨ ਕਰਾਂ ਜਦੋਂ ਹੈ ਹੀ ਵਧੀਆ ਹੂੰ ਠੰਡ ਵੱਧ ਗਈ ਹੈ ਬਾਹਰ ਧੁੱਪ ਨਿਕਲੀ ਬੜੀ ਸੋਹਣੀ ਜੀ ਤੇ ਰਾਤ ਨੂੰ ਠੰਡ ਵਧਣ ਲੱਗ ਪਈ ਆ ਤੇ ਠੰਡ ਵਧੂਗੀ ਐਤਕੀ ਵੈਸੇ ਵੀ ਆਪਾਂ ਦੇਰੀ ਨਾਲ ਆ ਠੰਡ ਦੇ ਮਾਮਲੇ 'ਚ ਕਾਫੀ ਲੇਟ ਲਤੀਫੀ ਦੇ ਸ਼ਿਕਾਰ ਆ ਜੀ ਪਿਛਲੇ ਵਰਿਆਂ ਦੇ ਵਿੱਚ ਦੇਖੋ ਨਵੰਬਰ ਮਹੀਨੇ ਦੇ ਵਿੱਚ ਕੜਾਕੇ ਦੀ ਠੰਡ ਪੈਂਦੀ ਆ ਸੱਚ ਐਤਕੀ ਹਾਲੇ ਠੰਡ ਦੀ ਆਮਦ ਹੋਈ ਆ ਹੂੰ ਤੇ ਹੁਣ ਠੰਡ ਦੀ ਜਿਹੜੀ ਆਧ ਮਹੀਨਾ ਨਿਕਲ ਗਿਆ ਨਵੰਬਰ ਦਾ ਤੇ ਫਿਰ ਥੋੜੀ ਜਿਹੀ ਪਿੰਡੇ ਨੂੰ ਲੱਗਣੀ ਸ਼ੁਰੂ ਹੋਈ ਆ ਚਮੜਨੀ ਸ਼ੁਰੂ ਹੋਈ ਆ ਪਰ ਕੋਈ ਗੱਲ ਨਹੀਂ ਦੇਰੀ ਨਾਲ ਆਈ ਆ ਜਾਉ ਵੀ ਦੇਰੀ ਨਾਲ ਬਿਲਕੁਲ ਸਹੀ ਆ ਔਰ ਕਹਿੰਦੇ ਆ ਕਿ ਹੌਲੀ 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 ਹੁਣ ਤੁਸੀਂ ਵੇਖੀ ਜਾਓ ਵੀ ਦਿਨ ਕਿਵੇਂ ਬਦਲਦੇ ਨੇ ਬ ਜੇ ਧੁੱਪ ਵੀ ਚੜੀ ਆ ਤਾਂ ਵੀ ਜੇ ਦੋਪਹੀਆ ਵਾਹਨ ਦੇ ਉੱਪਰ ਤੁਸੀਂ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਠੰਡ ਲੱਗਦੀ ਹੈ ਜਦੋਂ ਪਰਮਾਤਮਾ ਕਰੇ ਸਭ ਦੇ ਬਦਲ ਜਾਣ ਜੀ ਚੰਗੇ ਦਿਨ ਆਉਣ ਹਾਂ ਹੈਨਾ ਜਿਹੜੇ ਚੰਗੇ ਨੇ ਉਹ ਨਾ ਬਦਲਣ ਮਾੜੇ ਦਿਨ ਜ਼ਰੂਰ ਬਦਲ ਜਾਣ ਹਾਂ ਬਿਲਕੁਲ ਸਹੀ ਗੱਲ ਹੈ ਬਹੁਤ ਚੰਗੀ ਗੱਲ ਹੋਊਗੀ ਫਿਰ ਜੀ ਬਿਲਕੁਲ ਸਹੀ ਤੇ ਉੱਧਰ ਕਹਿੰਦੇ ਪੰਛੀ ਵੀ ਆ ਗਏ ਨੇ ਹਾਂ ਸਾਈਬੀਰੀਅਨ ਪੰਛੀ ਬਹੁਤ ਆ ਗਿਆ ਹਰੀਕੇ ਪੱਤਣ ਇੰਨੇ ਕ ਪੰਛੀ ਪਹੁੰਚ ਗਏ ਆ ਜੀ 20000 ਦੇ ਕਰੀਬ ਕਹਿੰਦੇ ਪੰਛੀ ਆ ਗਏ ਆ ਬਿਲਕੁਲ ਭਾਵੇਂ ਕਿ ਉੱਥੇ ਹੁਣ ਲੋਕਾਂ ਨੇ ਉਹ ਝੀਲ ਦੇ ਵਿੱਚ ਦੰ ਪਾਵੇਂ ਉੱਥੇ ਬੂਟੀ ਬਹੁਤ ਆ ਪਰ ਇਸ ਦੇ ਬਾਵਜੂਦ ਪੰਛੀ ਆਉਂਦੇ ਆ ਇਹ ਮਾਰਚ ਮਹੀਨੇ ਤੱਕ ਰਹਿਣਗੇ ਜੀ ਤੇ ਪਿਛਲੇ ਵਾਰੇ ਤੱਕ ਇਹ 55000 ਤੋਂ ਵੱਧ ਪੰਛੀ ਸੀ ਵਾਕੇ 20000 ਤੱਕ ਹੁਣ ਆ ਗਿਆ ਤੇ ਹਾਲੇ ਸ਼ਾਇਦ ਹੋਰ ਵੀ ਆ ਜਾਣਗੇ ਜੀ ਤੇ ਇਹ ਪੰਛੀਆਂ ਨੇ ਰੌਣਕਾਂ ਲਾਈਆਂ ਪਈਆਂ ਨੇ ਸੈਂਕੜੇ ਪ੍ਰਜਾਤੀਆਂ ਸੈਂਕੜੇ ਕਿਸਮ ਦੇ ਪੰਛੀ ਜੀ ਕੋਈ ਕਿਹੜੀ ਪ੍ਰਜਾਤੀ ਕੋ ਕਿਹੜੀ ਪ੍ਰਜਾਤੀ ਤੇ ਲੋਕ ਹੁਣ ਜਾਣਗੇ ਇਹਨਾਂ ਪ੍ਰਜਾਤੀਆਂ ਨੂੰ ਵੇਖਣ ਦੇ ਲਈ ਕਿੰਨੀ ਰੌਣਕ ਲੱਗਦੀ ਹੈ ਟਾਣਾ ਸਾਹਿਬ ਤੁਸੀਂ ਵੇਖੋ ਆਲੇ ਦੁਆਲੇ ਕਿੰਨਾ ਸਾਰਾ ਕੁਝ ਸਕਾਰਾਤਮਕ ਜਾ ਲੱਗਦਾ ਜਦੋਂ ਇਹ ਪੰਛੀ ਆਉਂਦੇ ਨੇ ਕਿ ਕਿੰਨੇ ਪਿਆਰ ਦੇ ਨਾਲ ਹੈਨਾ ਕਿਵੇਂ ਤੁਸੀਂ ਵੇਖੋ ਕਿ ਇੱਕ ਇੰਨੀ ਦੂਰੋਂ ਚੱਲ ਕੇ ਇੱਥੋਂ ਤੱਕ ਪਹੁੰਚਦੇ ਨੇ ਤੇ ਫਿਰ ਇੱਥੇ ਰਹਿੰਦੇ ਨੇ ਫਿਰ ਤਿੰਨ ਚਾਰ ਮਹੀਨੇ ਬਾਅਦ ਇਹਨਾਂ ਦੇ ਵਾਪਸੀ ਦਾ ਸਮਾਂ ਹੋ ਜਾਂਦਾ ਹੈ ਔਰ ਇਸ ਰੌਣਕ ਨੂੰ ਵੇਖਣ ਦੇ ਲਈ ਬਹੁਤ ਸਾਰੇ ਲੋਕ ਜਿਹੜੇ ਨੇ ਉੱਚੇ ਉੱਚੇ ਤੌਰ ਦੇ ਉੱਪਰ ਪਹੁੰਚਦੇ ਨੇ ਬਿਲਕੁਲ ਸਹੀ ਗੱਲ ਹੈ ਉਹਦੇ ਸਿਆਲਾਂ ਦੇ ਵਿੱਚ ਜਦੋਂ ਇੱਥੇ ਠੰਡ ਹੁੰਦੀ ਹੈ ਉਦੋਂ ਆ ਜਾਂਦੇ ਆ ਇਹ ਫਿਰ ਕਈ ਮਹੀਨੇ ਲਾ ਕੇ ਜਾਂਦੇ ਆ ਲਗਾਤਾਰ ਉਡਾਣ ਭਰੀ ਰੱਖਦੇ ਆ ਕਦੇ ਕਿਤੇ ਰਾਹ ਦੇ ਵਿੱਚ ਸਾਹ ਵੀ ਲੈਂਦੇ ਹੋਣੇ ਆ ਪਰ ਉਡਾਣ ਖਿੱਚ ਕੇ ਰੱਖਦੇ ਆ ਮਤਲਬ ਇਹ ਆ ਵੀ ਇਹ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਂਦੇ ਆ ਨਾਲੇ ਪੰਛੀ ਆ ਐਡੇ ਐਡੇ ਜੀਵ ਐਡੇ ਐਡੇ ਜੀਵ ਪੰਛੀ ਪਰ ਕਈ ਲੋਕ ਜਿਹੜੇ ਕਿ ਘਰੋਂ ਚੱਲ ਕੇ ਆਉਣ ਦੇ ਵਿੱਚ ਤਕਲੀਫ ਮੰਦੇ ਆ। ਹੂੰ ਜਿਹੜੇ ਕਿ ਕੰਮ ਨਹੀਂ ਕਰਦੇ ਸਹੀ ਤਰੀਕੇ ਨਾਲ। ਜੀ ਜੀ ਜਿਹੜੇ ਇਹ ਗੱਲ ਕਹਿੰਦੇ ਕਰਾਂਗੇ ਕੰਮ। ਹੂੰ ਕੋਈ ਨਹੀਂ ਜਾਵਾਂਗੇ। ਭਾਈ ਗੋਡੇ ਚ ਪਿੱਡ ਜੀ ਨਿਕਲਦੀ ਆ। ਉਹਨਾਂ ਨੂੰ ਕੀ ਕਹੀਏ ਹੁਣ? ਜਿਹੜੇ ਵਿਹਲੇ ਬੈਠੇ ਆ ਨਾ ਉਹ ਇਹਨਾਂ ਪੰਚਾਇਤ ਤੋਂ ਸਬਕ ਲੈਣ। ਸੱਚ ਇਹ ਵੀ ਤਾਂ ਇਹਨਾਂ ਨੇ ਕਿਸੇ ਨੂੰ ਕਮਾਈ ਦੇ ਇਹਨਾਂ ਦਾ ਵੀ ਤਾਂ ਘਰੇ ਬੈਠੇ ਸਾਰੇ ਸਕਦਾ। ਇੱਕ ਕਣ ਬਈਰ ਆਪ ਦੇ ਹਲਣੇ ਚ ਬੈਠੇ ਇਤਕੀ ਰਹਿਣ ਦਿੰਦੇ ਆ ਗੈਪ ਪਾ ਲੈਣੇ ਆ। ਅੱਜ ਕਿ ਨਹੀਂ ਮੇਤ ਜਾ ਹੁਣਾ ਗੋਡੇ ਦੁਖਦੇ ਆ ਬੱਚੇ ਨਿੱਕੇ ਆ ਹਾਂ ਮੇਰੇ ਖੰਭ ਦੁਖਦੇ ਨੇ ਹਾਂ ਐਵੇਂ ਉੱਡੀ ਜਾਵਾਂਗੇ ਫਾਇਦਾ ਕੋਈ ਉੱਥੇ ਵੀ ਤਾਂ ਗੰਦੀ ਪਾਇਆ ਹੋਣ ਲੋਕਾਂ ਨੇ ਹਾਂ ਉੱਥੇ ਜਾ ਕਰਨਾ ਕੀ ਹੈ ਹਾਂ ਲੋਕ ਹਰੀ ਕੇ ਪੱਤਰ ਤੇ ਮੱਛੀ ਖਾਈ ਜਾਣਗੇ ਅਸੀਂ ਅੱਜ ਡੱਡੂ ਫੜ ਕੇ ਖਾਈ ਜਾਵਾਂਗੇ ਫਾਇਦਾ ਕੀ ਇੱਥੇ ਠੀਕ ਆ ਭਾਈ ਡੱਡੂ ਹੀ ਖਾਣੇ ਆ ਆਉਂਦੇ ਆ ਨਾ ਹਾਂ ਫੇਰ ਵੀ ਆਉਂਦੇ ਆ ਜੀ ਤੇ ਧੰਨਵਾਦ ਕਰੀਏ ਨਾੜਾ ਤੇ ਆਪ ਵੀ ਹਿੱਲ ਗਏ ਹਾਂ ਤੇ ਜੀ ਬੈਠੇ ਲਾਂਬੇ ਦੇ ਜਾਗੇ ਤੇ ਇਹ ਨਾ ਕੋਸ਼ਿਸ਼ ਕਰੀਏ ਵੇਸੇ ਹਰੀ ਕੇ ਪੱਤਰ ਤੇ ਉੱਥੇ ਜਾ ਕੇ ਡੜਾ ਮਾਰ ਕੇ ਵੇਖੇ ਵੀ ਉੜਦੇ ਕਿ ਨਹੀਂ ਹਾਂ ਹਰ ਚੀਜ਼ ਤੋਂ ਕੁਝ ਨਾ ਕੁਝ ਸਿੱਖੀਏ ਜੀ ਜੱਜ ਦਾ ਵਿਚਾਰ ਹਰਮਨਜੀਤ ਨੇਰੀ ਲੈਤੀ ਇੱਕ ਬੰਦੇ ਨੇ ਕਮਾਲਾਂ ਕਰਤੀਆਂ ਉਹਨੇ ਕਿਵੇਂ ਲੁਧਿਆਣੇ ਦੀ ਅਦਾਲਤ ਦੇ ਵਿੱਚ ਮੈਂ ਨਾ ਵੀ ਸਿਰੇ ਲਾਤਾ ਹੂੰ ਆ ਤਕਰਾਤੀ ਅਦਾਲਤ ਚ ਮੀਆਂ ਬੀਬੀ ਦੀ ਆਪਸ ਦੇ ਵਿੱਚ ਲੜਾਈ ਚੱਲਦੀ ਹੈ ਠੀਕ ਕਚੈਰੀ ਤੱਕ ਪਹੁੰਚ ਗਏ ਹੂੰ ਕਚੈਰੀ ਦੇ ਵਿੱਚ ਗਈ ਘਰ ਵਾਲੀ ਉਹਨੇ ਬਾਹਰ ਖੜੀ ਕਰਤੀ ਸਕੂਟਰੀ ਹੂੰ ਅੰਦਰ ਜਾ ਕੇ ਤਰੀਕ ਭਗਤ ਕੇ ਆਈ ਆ ਟੈਣਾ ਸਾਹਿਬ ਇਹਨਾਂ ਸਨਸਨੀ ਕੇਸ ਜਿਆ ਕਿ ਉਮਲਾ ਬਣਾ ਰਿਹਾ ਵੀ ਮੈਂ ਪਿੱਛੇ ਪਿੱਛੇ ਕਾ ਟਾ 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 ਗੱਲ ਪੂਰੀ ਸੁਣ ਲੋ ਅੱਛਾ ਉਹ ਤਰੀਕ ਭਗਤ ਕੇ ਬਾਹਰ ਆਈ ਹਾਂਜੀ ਉਹ ਸਕੂਟਰੀ ਹੈ ਨਹੀਂ ਹਾਂ ਚੋਰੀ ਹੋ ਗਈ ਸਕੂਟਰੀ ਫੇਰ ਲਵਦੀ ਹੈ ਵਿਚਾਰੀ ਹੂੰ ਉਹ ਕਹਿੰਦੀ ਵੀ ਤੁਰ ਕੇ ਕਿਵੇਂ ਜਾਵਾਂ ਮੇਰੇ ਕੋਲ ਪੈਸੇ ਵੀ ਥੋੜੇ ਆ ਜਾਵਾਂ ਤਾਂ ਜਾਵਾਂ ਕਿੱਥੇ ਜੀ ਲੋ ਬਾਅਦ ਦੇ ਵਿੱਚ ਉਹਨੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੇਖੀ ਜਿੱਥੇ ਉਹਨੇ ਸਕੂਟਰੀ ਖੜੀ ਕੀਤੀ ਸੀ ਠੀਕ ਆ ਜਿਹੜਾ ਉਹਦਾ ਸਾਹਾਂ ਦਾ ਸਾਥੀ ਆ ਉਹ ਸਕੂਟਰੀ ਲੈ ਗਿਆ ਜਿੰਨਾ ਲੜਾਈ ਝਗੜਾ ਚੱਲਦਾ ਸੀ ਹਾਂਜੀ ਕਹਿੰਦਾ ਲਾਲਾ ਸੁਆ ਤੁਰਕਿਆ ਆ ਕੀ ਤਰੀਕਾ ਹੋਇਆ ਬਦਲਾ ਲੈਣ ਦਾ ਬਦਲਾ ਕਿ ਹੱਥ ਚ ਫੜ ਲਾ ਹਾਂ ਨੰਗੇ ਪੈਰੀਆ ਵੀ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਈ ਹੱਦ ਹੁੰਦੀ ਆ ਆ ਕੀ ਤਰੀਕਾ ਹੋਇਆ ਉਹ ਉਹ ਕਿੱਦਾਂ ਕੀਤਾ ਹੋਊਗਾ ਇਹ ਵੀ ਗੱਲ ਸਹੀ ਆ ਉਹਦਾ ਕੋਈ ਨਹੀਂ ਲੈਸ ਵਾਦ ਹੂੰ ਵਧੀਆ ਕੀਤਾ ਨਹੀਂ ਚਲੋ ਅਗਲਾ ਲੈ ਗਿਆ ਸਕੂਟਰੀ ਤੇ ਸਵਾਲ ਹੁਣ ਪੁਲਿਸ ਵਾਲਿਆਂ ਨੇ ਫੜਿਆ ਕਿ ਨਹੀਂ ਫੜ ਲਿਆ ਫੇਰ ਹੂੰ ਪਹਿਲਾਂ ਘਰੇਲੂ ਲੜਾਈ ਹੁਣ ਬਾਹਰ ਦੀ ਲੜਾਈ ਹਾਂ ਕੀ ਫਾਇਦਾ ਹੋਇਆ ਪਰਚਾ ਇੱਕ ਵਾਧੂ ਪਵਾ ਲਿਆ ਆਪਣੇ ਆਪ ਤੇ ਗੁੱਸੇ ਤੇ ਕਾਬੂ ਰੱਖਣਾ ਆਉਣਾ ਚਾਹੀਦਾ ਬੰਦੇ ਨੂੰ ਆਉਣਾ ਚਾਹੀਦਾ ਪਰ ਕੀ ਪਤਾ ਕਿ ਹੋ ਜਾ ਮਸਲਾ ਸੀਗਾ ਇਹ ਵੀ ਗੱਲ ਸਹੀ ਹੈ ਉਹ ਕਿਹੜਾ ਤੰਗ ਬਹੁਤ ਕਰਦੀ ਹੈ ਇਹ ਹੂੰ ਤੇਰਾ ਬੜਾ ਸਕੂਟੀ ਚੋਰੀ ਕਰ ਲੋ ਉਹ ਕਿਹਨਾਂ ਨੂੰ ਮੜਾ ਬੋਟਾ ਸਬਕ ਆਵੇ ਵੀ ਧੱਕੇ ਆਪ ਐਵੇਂ ਖਾਂਦੇ ਫਿਰਦੇ ਗੱਲ ਸਹੀ ਦੁੰਬਾ ਚਖਦੇ ਐਨੂੰ ਤੁਰਪੇ ਦੁੰਬਾ ਚਖਦੇ ਐਨੂੰ ਤੁਰਪੇ ਨੇ ਮਾਰੀ ਸਕੂਟਰੀ ਦੀ ਕਿ ਕੈ ਨੂੰ ਮਾਰੀ ਸਕੂਟਰੀ ਦੀ ਕਿ ਕੌਨ ਨੂੰ ਹਾਂ ਔਰ ਸਕੂਟਰੀ ਚੱਕ ਲਈ ਹੋਰ ਠੀਕ ਹੈ ਪਰ ਚਲੋ ਗੱਲ ਇਹ ਹੈ ਟਾਣਾ ਸਾਹਿਬ ਵੀ ਬਦਲਾ ਲੈਣ ਦਾ ਵੀ ਕੋਈ ਤਰੀਕਾ ਹੁੰਦਾ ਵੈਸਾ ਬਦਲਾ ਲੈਣਾ ਨਹੀਂ ਚਾਹੀਦਾ ਭਾਵਨਾ ਬਦਲਾ ਕੀ ਲਵੇ ਉਹ ਡਾਂਗ ਲੈ ਕੇ ਆ ਨਹੀਂ ਪਰ ਹੁਣ ਕੀ ਫਾਇਦਾ ਹੋਇਆ ਉਹਦਾ ਕੀ ਨੁਕਸਾਨ ਹੋਇਆ ਕੁਝ ਵੀ ਨਹੀਂ ਨਾ ਅਗਲੇ ਨੂੰ ਸਕੂਟਰੀ ਵੀ ਮਿਲ ਗਈ ਤੇ ਇੱਥੇ ਪਰਚਾ ਇੱਕ ਹੋਰ ਪੈ ਗਿਆ ਇੱਕ ਵਾਰੀ ਤਾਂ ਪੜਦੇ ਪਾਤੀ ਨਾ ਇੱਕ ਵਾਰੀ ਤਾਂ ਕੋਈ ਰਾਟ ਦੀ ਛੜੀ ਨਾ ਜੀ 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 ਪਰ ਇਹ ਖਬਰ ਆਟੂ ਤੋਂ ਵੱਧ ਛੜਦੀ ਜੇ ਜੂਂਝਰਾਈ ਚ ਕਿਤੇ ਇਹ ਕੰਮ ਕੀਤਾ ਹੁੰਦਾ ਤਾਂ ਕੋਈ ਗੱਲ ਨਹੀਂ ਤਰੀਕਾ ਤਾਂ ਲੱਭਣਾ ਪਈ ਜਾਣੀਆਂ ਫੇਰ ਸਹੀ ਇਹ ਵੀ ਠੀਕ ਹੈ ਕਿਉਂਕਿ ਜੂਨ ਦੇ ਵਿੱਚ ਹੈ ਪਸੀਨਾ ਪਸੀਨੀ ਹੁੰਦੀ ਬੀਬੀ ਉਹ ਛੰਨੇ ਵਾਲੀ ਗੱਲ ਨਹੀਂ ਸੁਣੀ ਕਿਹੜੀ ਜੀ ਕਹਿੰਦੇ ਵੀ ਇੱਕ ਵਾਰੀ ਨਾ ਹੂੰ ਘਰ ਵਾਲੀ ਨੇ ਘਰ ਵਾਲੇ ਨੂੰ ਹੂੰ ਇਹ ਲੱਸੀ ਦਾ ਛੰਨਾ ਭਰ ਕੇ ਦਿੱਤਾ ਜੀ ਤੇ ਉਧਰੋਂ ਕੁੱਤਾ ਆ ਗਿਆ ਅੱਛਾ ਜੀ ਕੁੱਤਾ ਪਰੇਸ਼ਾਨ ਬਹੁਤ ਕਰਦਾ ਸੀ ਘਰੇ ਆ ਕੇ ਹੂੰ ਤੇ ਬੰਦੇ ਨੇ ਛੰਨਾ ਮਾਰਿਆ ਭਗਾ ਕੇ ਉਹਦੇ ਵੱਲ ਓਏ ਹੋਏ ਤੇ ਕੁੱਤਾ ਤਾਂ ਚੌਂ ਚੌਂ ਕਰਦਾ ਨਿਕਲ ਗਿਆ ਸੱਟ ਉਹਦੇ ਲੱਗੀ ਨਾ ਤੇ ਛੰਨਾ ਟੁੱਟ ਗਿਆ ਹੂੰ ਘਰ ਵਾਲੀ ਕਹਿੰਦੀ ਵੀ ਤੈਨੂੰ ਅਕਲ ਨਹੀਂ ਆਉਣੀ ਸਾਰੀ ਉਮਰ ਹੂੰ ਛੰਨਾ ਭੰਡਤਾ ਨਾ ਕਹਿੰਦਾ ਕੋ ਛੰਨੇ ਦੀ ਗੱਲ ਛੱਡ ਕੁੱਤੇ ਦੀਆਂ ਪਤਿੰਡਾਂ ਵੇ ਚੰਨੇ ਨੂੰ ਬਾਹਰ ਗੋਲੀਆਂ ਲਾ ਉਹਦੀਆਂ ਟੀਹੜਾ ਕਿਵੇਂ ਨਿਕਲ ਗਿਆ ਇਹਦੇ ਵੈਰੀ ਗੁੱਡ ਹਾਂ ਓਵੇਂ ਐਸੀ ਹਾਂ ਮੇਰੇ ਨਾਲ ਜੋ ਥੋੜਾ ਵੱਧ ਹੀ ਗੱਲ ਹਾਂ ਪਰਚਾ ਛੱਡ ਇੱਕ ਵਾਰੀ ਇਹਦੀਆਂ ਪਤੀੜਾਂ ਕਿਵੇਂ ਬਿਲਕੁਲ ਸਹੀ ਪਵਾਤੀਆਂ ਅਗਲੇ ਨੇ ਹਾਂ ਬਸ ਪਰ ਅਗਲੇ ਨਾ ਕਰਤਾ ਨਾ ਕੰਮ ਪੋਤਿਕਾ ਪਤੇੜਾ ਬੁਲਾਦੀ ਨਾ ਰੇਲ ਵੈਸੇ ਨਾ ਬੰਦੇ ਨੂੰ ਭਰਮ ਹੀ ਹੁੰਦਾ ਕਿ ਮੈਂ ਫਲਾਣੇ ਨੂੰ ਅਦਾਲਤ ਦੇ ਵਿੱਚ ਸਿੱਧਾ ਕਰ ਦੂੰ ਮੈਂ ਘੜੀ ਸੂੰ ਬਹੁਤ ਮੈਂ ਕਿਤੇ ਬਹੁਤ ਪਹਿਲਾਂ ਇੱਕ ਗੱਲ ਸੁਣੀ ਸੀ ਤਾਣਾ ਸਾਹਿਬ ਕਹਿੰਦਾ ਕਿ ਭਾਰਤ ਦੇ ਲੋਕਾਂ ਦਾ ਅਦਾਲਤ ਤੇ ਵਿਸ਼ਵਾਸ ਵੇਖੋ ਕਿ ਮਾੜੀ ਜੀ ਵੀ ਗੱਲ ਹੋ ਜਾਏ ਆਪਾਂ ਫਟ ਕਹਿੰਦੇ ਸੀ ਯੂ ਇਨ ਦਾ ਕੋਰਟ ਤੇ ਜਦ ਕਿ ਕੋਰਟ ਚ ਤਾਂ ਗਈ ਇੰਨੇ ਸਾਰੇ ਮਾਮਲੇ ਲੰਬਤ ਪਏ ਨੇ ਕਿੰਨੇ ਮਾਮਲੇ ਨੇ ਜਿਹੜੇ ਕਿੰਨੇ ਸਾਲਾਂ ਤੋਂ ਐਵੇਂ ਦੇ ਐਵੇਂ ਚੱਲਦੇ ਪਏ ਨੇ ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਨਿਆਂ ਦੀ ਆਸ ਦੇ ਵਿੱਚ ਹੀ ਕੂਚ ਕਰ ਗਏ ਕਰਉਣਾ ਨੂੰ ਨਿਆਂ ਨਹੀਂ ਮਿਲਿਆ ਕਿ ਇਸ ਲੰਮੇ 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 ਚਾਲ ਦੇ ਰਹੇ ਜੀ ਤੇ ਵੇਲੇ ਸਿਰ ਮਿਲੇ ਬਿਲਕੁਲ ਇਹਦੀ ਅਸੀਂ ਕਰਦੇ ਕਾਮਨਾ ਪਰ ਲੰਬਤ ਕੀ ਹੁੰਦਾ ਇਹ ਦੱਸੋ ਪਹਿਲਾਂ ਮਾਫੀ ਚਾਹਨੀ ਹੈ ਉਹ ਹਿੰਦੀ ਵਾਲਾ ਲਫਜ਼ ਆ ਗਿਆ ਲਟਕਦੇ ਆ ਲਟਕਦੇ ਲਮਕੀ ਜਾਂਦੇ ਆ ਜੀ ਤਣ ਪੱਤਰ ਨਹੀਂ ਲੱਗਦੇ ਮੂਟ ਦੇ ਬੁੱਲਵੇਂ ਉਲੰਕਦੇ ਆ ਐਂ ਕਹੋ ਹਾਂ ਐਦਾਂ ਹੀ ਤੇ ਇਹ ਗੱਲ ਸੱਚੀ ਵੀ ਆ ਜੀ ਵੀ ਭਾਰਤ ਦੇ ਵਿੱਚ ਇੰਨੇ ਇੰਨੇ ਵੱਡੇ ਹੋਰ ਮਸਲੇ ਆ ਵੀ ਭਾਈ ਇੱਥੇ ਕੀ ਬਣਨਾ ਪਰ ਤਾਂ ਵੀ ਲੋਕਾਂ ਦਾ ਹੌਸਲਾ ਵੇਖੋ ਫਟ ਕੇ ਦਿੰਦੇ ਆ ਵੀ ਕੋਰਟ 'ਚ ਮਿਲਦੇ ਆ ਕੋਈ ਨਿੱਕੇ ਹੁੰਦੇ ਨੂੰ ਜਦੋਂ ਘਰ ਦੇ ਗੱਲ ਕਹਿੰਦੇ ਹੁੰਦੇ ਸੀ ਨਾ ਕਿ ਪੁੱਤ ਅਦਾਲਤ ਯਾਨੀ ਕਿ ਕਚਹਿਰੀਆਂ ਤੇ ਥਾਣੇ ਜੇ ਤਾਂ ਮੂਰਦੀ ਬਿਨਾ ਲੰਗੇ ਉਦੋਂ ਸਮਝ ਨਹੀਂ ਸੀ ਪੈਂਦੀ ਇਸ ਗੱਲ ਦੀ ਵੀ ਘਰ ਦੇ ਘਾਤੋਂ ਕਹਨੇ ਹੋਏ ਬਿਲਕੁਲ ਵੱਡੇ ਹੋ ਕੇ ਪਤਾ ਲੱਗਦਾ ਵੀ ਜਦੋਂ ਇੱਕ ਮੇਰੀ ਵਾਹ ਪੈ ਜਾਂਦਾ ਤੇ ਫਿਰ ਬਣਦਾ ਕੀ ਆ ਜੀ ਵੱਡੇ ਹੋ ਕੇ ਪਤਾ ਲੱਗਦਾ ਵੀ ਅਸੀਂ ਜਾਣੇ ਤਾਂ ਹੈਗੇ ਸਨਮਾਨ ਲੈਣ ਦੇ ਲਈ ਅਸੀਂ ਇਨਸਾਫ ਲੈਣ ਦੇ ਲਈ ਪਰ ਬਹੁਤੀ ਵਾਰ ਉੱਥੇ ਕੁਝ ਹੋਰ ਹੀ ਮਿਲਦਾ ਬਿਲਕੁਲ ਤੇ ਜੋ ਉੱਥੇ ਤੁਹਾਡਾ ਅਕਸ ਬਣਦਾ ਤੇ ਫਿਰ ਪਤਾ ਲੱਗਦਾ ਵੀ ਭਾਈ ਇਹੋ ਜਿਹਾ ਅਕਸ ਮੇਰੇ ਘਰ ਦੇ ਨਾਲ ਕਦੇ ਸੋਚਿਆ ਸੀ ਸਾਡੇ ਬੰਦੇ ਨਾਲ ਸਾਡੀ ਬੁੜੀ ਦੇ ਨਾਲ ਕਦੇ ਇਦਾਂ ਦਾ ਬਕ ਹੋਵੇ ਤੇ ਬਦੀਵਾਰ ਵੀ ਤਾਂ ਸਭ ਮਾਮਲਾ ਇੰਨਾ ਪੇਚੀਦਾ ਹੁੰਦਾ ਵੀ ਨਹੀਂ ਹੈ ਜਿੰਨਾ ਉੱਥੇ ਬਣ ਜਾਂਦਾ ਤੇ ਬੰਦੇ ਨੂੰ ਆਪ ਨੂੰ ਭੁੱਲ ਜਾਵੇ ਮੈਂ ਸ਼ੁਰੂ ਕਿੱਥੇ ਹੋਇਆ ਸੀ ਤੇ ਅੰਤ ਕਿੱਥੇ ਜਾ ਕੇ ਇਸ ਗੱਲ ਦਾ ਹੋਣਾ ਨਬੇੜਾ ਕਿੱਥੇ ਜਾ ਕੇ ਹੋਣਾ ਸੋ ਵਿੱਚ ਵਿਚਾਰੇ ਜਾ ਕੇ ਤਾਂ ਬਹੁਤ ਲੋਗ ਇਹ ਸੋਚ ਲੈਣਦੇ ਵਿੱਚ ਛੱਡ ਪਰਾਂ ਕਿਹੜੇ ਚੱਕਰਾਂ ਨੂੰ ਪਏ ਆਪਾਂ ਇਹ ਖਤਮ ਕਰ ਦਿੰਨੇ ਆ ਕਿ ਇਸ ਕੁਝ ਦੇ ਸਭ ਅਦਾਲਤਾ ਉਦਲਤਾ ਦੇ ਚੱਕਰ ਹੈਨਾ ਪਰ ਜਦੋਂ ਇੱਕ ਵਾਰ ਬੰਦਾ ਫਸ ਜਾਂਦਾ ਤਾਂ ਨਹੀਂ ਨਿਕਲ ਹੁੰਦਾ ਬਿਲਕੁਲ ਤਾਂ ਮੈਂ ਨਾ ਕਦੇ ਕਦੇ ਹੈਰਾਨ ਹੁੰਨਾ ਵੀ ਮੀਡੀਆ ਦੇ ਵਿੱਚ ਵੀ ਕਿਹੋ ਜੀਆਂ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਛਟਕਾਰੇ ਲੈ ਲੈ ਕੇ ਹਨੀ ਸਿੰਘ ਕੇ ਸਾਥ ਐਸੇ ਹੁਆ ਹੂੰ ਔਰ ਫਲਾਨੀ ਨੇ ਛੋੜ ਦਿਆ ਹੂੰ ਫਲਾਨਾ ਛੋੜ ਗਿਆ ਤੇ ਆ ਹੁਣ ਸਾਨੀਆਂ ਮਿਰਦਾ ਬਾਰੇ ਚੱਕਰ ਪਿਆ ਬਿਲਕੁਲ ਕੋਈ ਕੁਛ ਕਹੀ ਜਾਂਦਾ ਹੋ ਕੁਛ ਕਹੀ ਜਾਂਦਾ ਨਿੱਜੀ ਜ਼ਿੰਦਗੀ ਆ ਆਪਾਂ ਵਿੱਚੋਂ ਡੋਕੇ ਲੈਣੇ ਜੀ ਜੋ ਮਰਜ਼ੀ ਕਰਨ ਜੀ ਜਿਵੇਂ ਮਰਜ਼ੀ ਰਹਿਣ ਹੂੰ ਸਾਡੇ ਮੀਡੀਆ ਨੂੰ ਫਿਕਰ ਪਤਾ ਕਿਵੇਂ ਹੁੰਦਾ आलिया ਬੱਟ ਨੇ ਲੜਕੀ ਕੋ ਕਿਉਂ ਜਨਮ ਦਿਆ ਹੂੰ ਰਣਵੀਰ ਕਪੂਰ ਕੇ ਚਿਹਰੇ ਪਰ ਪਾਪਾ ਬਨਨੇ ਕੀ ਖੁਸ਼ੀ ਕਿਤਨੀ ਹੈ ਹਮ ਤੇ ਆਪਾਂ ਕੀ ਲੈਣਾ ਇਸ ਗੱਲ ਤੋਂ ਇਹ ਉਹਨਾਂ ਦੇ ਪਰਿਵਾਰ ਦਾ ਮਸਲਾ ਨਿੱਜੀ ਜ਼ਿੰਦਗੀ ਵਿੱਚ ਕਿਸੇ ਦੀ ਵੀ ਝਾਤ ਮਾਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੁੰਦਾ ਹਰ ਇੱਕ ਬੰਦਾ ਆਪਣੀ ਨਿੱਜੀ ਜ਼ਿੰਦਗੀ ਦੇ ਨੂੰ ਲੁਕੋ ਕੇ ਰੱਖਣਾ ਚਾਹੁੰਦਾ ਹਰ ਇੱਕ ਬੰਦੇ ਨੂੰ ਇਹ ਹੁੰਦਾ ਹੈ ਕਿ ਮੇਰੀ ਨਿੱਜਤਾ ਬਣੀ ਰਹੇ ਪਰ ਅਸੀਂ ਇਹਨੂੰ ਆਪਣਾ ਹੱਕ ਸਮਝਦੇ ਆ ਵੀ ਦੂਜੇ ਦੀ ਨਿੱਜਤਾ ਦੇ ਵਿੱਚ ਜ਼ਰੂਰ ਅਸੀਂ ਜਾ ਕੇ ਝਾਤੀ ਮਾਰਨੀ ਹੈ ਜ਼ਰੂਰ ਅਸੀਂ ਉਹਦੇ ਬਾਰੇ ਗੱਲ ਕਰਨੀ ਹੈ ਤੇ ਕਈ ਗੱਲਾਂ ਪੱਲੂ ਹੀ ਬਣਾ ਬਣਾ ਕੇ ਕਰਦੇ ਰਹਿੰਦੇ ਆ ਵੀ ਮੈਨੂੰ ਤਾਂ ਐ ਲੱਗਦਾ ਵੀ ਇਹ ਤਾਂ ਐ ਹੀ ਹੋਊ ਜਦਕਿ ਅਗਲੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਇੱਚਾ ਐ ਹੋਊ ਤੁਹਾਨੂੰ ਐ ਕਿਉਂ ਨਹੀਂ ਲੱਗਦਾ ਵੀ ਅਕਲੀ ਨਹੀਂ ਆਈ ਅਜੇ ਤੱਕ ਕਦੇ ਐ ਲੱਗਾ ਜੀ ਚੰਚ ਦਾ ਮੀਚਾ ਹਰਮਨ ਜੀ ਬੰਦੂਕ ਸਭਿਆਚਾਰਾ ਜਿਹੜਾ ਉਹਦੇ ਬਾਰੇ ਨਵੀਆਂ ਖਬਰਾਂ ਆਉਣ ਲੱਗ ਪਈਆਂ ਅਸੀਂ ਫੇਰ ਇਹ ਗੱਲ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੀ ਜਾਨ ਨੂੰ ਖਤਰਾ ਜਿਹੜੇ ਲੋਕਾਂ ਨੂੰ ਸੁਰੱਖਿਆ ਵਾਸਤੇ ਹਥਿਆਰ ਚਾਹੀਦੇ ਆ ਉਹਨਾਂ ਦੀ ਪੜਤਾਲ ਵੀ ਹੋਣੀ ਚਾਹੀਦੀ ਆ ਤੇ ਉਹਨਾਂ ਦੇ ਕੋਲੇ ਹਥਿਆਰ ਹੋਣੇ ਵੀ ਚਾਹੀਦੇ ਆ ਪਰ ਜਣਾ ਖਣਾ ਫੁਕਰ ਕਰਦੀ ਦੇ ਚੱਕਰ ਦੇ ਵਿੱਚ ਬੰਦੂਕ ਪਿਸਤੌਲ ਚੱਕੀ ਫਿਰੇ ਤੇ ਉਹਨੂੰ ਇਹੋ ਜੀ ਲੋੜ ਨਹੀਂਗੀ ਸਾਨੂੰ ਕਈ ਵਾਰ ਰੋਟੀ ਦਾ ਫਿਕਰ ਘੱਟ ਹੁੰਦਾ ਤੇ ਬੰਦੂਕ ਦਾ ਫਿਕਰ ਵੱਧ ਹੁੰਦਾ ਸਹੀ ਹੈ ਕਹਿਣ ਦਾ ਭਾਵ ਇਹ ਆ ਵੀ ਅਸੀਂ ਕਰੀ ਕੀ ਜਾਣਦੇ ਹਮ ਹੈਰਾਨੀ ਇਸ ਗੱਲ ਦੀ ਵੀ ਅਸੀਂ ਕਰਦੇ ਕੀ ਰਹਿੰਦੇ ਆ ਜੀ ਆ ਹੁਣ ਕਾਂਗਰਸ ਨੇ ਨਵੀਂ ਕੱਚ ਤੋਂ ਮੁੰਗਲੀ ਕੱਟ ਮਾਰੀ ਆ ਕਾਂਗਰਸ ਦੇ ਆਗੂਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹ ਕਹਿੰਦੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਜਿਹੜਾ ਗਨ ਕਲਚਰ ਦੇ ਉੱਤੇ ਪਾਬੰਦੀ ਲਾਉਣ ਦੀ ਗੱਲ ਕਹੀ ਗਈ ਆ ਇਹ ਬਿਲਕੁਲ ਗਲਤ ਆ ਹਾਂਜੀ ਕਹਿੰਦੇ ਜੀ ਅਸਤ ਬਿਲਕੁਲ ਮੁੱਢੋਂ ਖਿਲਾਫ ਆ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੇ ਨਾਲ ਵਾਰਦਾਤਾਂ ਹੁੰਦੀਆਂ ਤੇ ਲਾਇਸੈਂਸੀ ਹਥਿਆਰਾਂ ਦੇ ਉੱਤੇ ਤੁਸੀਂ ਸਖ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਫੇਰ ਕੁਝ ਨਾ ਕੁਝ ਅਨਸੁਖਾਵਾਂ ਵਾਪਰੇ। ਲੋਕ ਆਪਦੀ ਸੁਰੱਖਿਆ ਦੇ ਵਾਸਤੇ ਬੰਦੂਕਾਂ ਚੱਕੀ ਫਿਰਦੇ ਆ ਤੇ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਅਸੀਂ ਹਥਿਆਰ ਵਾਪਸ ਲੈ ਲੈਣੇ ਆ। ਅਸੀਂ ਲਾਇਸੈਂਸ ਰੱਦ ਕਰ ਦੇਣੇ ਆ। ਇਹ ਬੜੀ ਮਾੜੀ ਗੱਲ ਆ। ਮੇਰੀ ਉਹਨਾਂ ਕਾਂਗਰਸੀ ਆਗੂਆਂ ਨੂੰ ਬੇਨਤੀ ਆ ਵੀ ਇਹ ਕਿਤੇ ਨਹੀਂ ਕਿਹਾ ਵੀ ਸਭ ਦੇ ਵਾਪਸ ਲੈ ਲੈਣੇ ਆ। ਇਹ ਗੱਲ ਜ਼ਰੂਰ ਆ ਵੀ ਜਿਹੜੇ ਫੁਕਰੇ ਵਿਆਹਾਂ ਦੇ ਵਿੱਚ ਜਾ ਕੇ ਗੋਲੀਆਂ ਚਲਾਉਂਦੇ ਆ, ਜਨਮ ਦਿਨ ਦੀਆਂ ਪਾਰਟੀਆਂ ਤੇ ਜਾ ਕੇ ਗੋਲੀਆਂ ਚਲਾਉਂਦੇ ਆ, ਜਿਹੜੇ दारू ਪੀ ਕੇ ਭੁੱਲ ਜਾਂਦੇ ਆ ਵੀ ਸਾਡੇ ਟੱਬਰ ਦੇ ਜੀ ਵੀ ਪਿੱਛੇ ਹੈਗੇ ਆ ਜਿਹੜੇ ਕੋਈ ਨਾ ਕੋਈ ਇਹੋ ਜੀ ਮੂਰਖਮਤੀ ਕਰਦੇ ਵੀ ਕੁਝ ਕ ਸਕਿੰਟਾਂ ਦੇ ਵਿੱਚ ਸੱਥਰ ਪਿਛਾ ਦਿੰਦੇ ਆ ਉਹਨਾਂ ਲੋਕਾਂ ਦੇ ਕੋਲੋਂ ਇਹ ਹਥਿਆਰ ਵਾਪਸ ਲੈਣੇ ਚਾਹੀਦੇ ਆ। ਬੰਦਰਾ ਨੂੰ ਗਲੇਲਾ ਨਹੀਂ ਫੜਾਉਣੀਆਂ ਚਾਹੀਦੀਆਂ। ਜੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿੰਨਾਂ ਜਿੰਨਾਂ ਨੂੰ ਲਾਇਸੈਂਸ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ ਚਾਹੇ ਬੀਤੇ ਸਮੇਂ ਦੀ ਗੱਲ ਹੋਵੇ ਚਾਹੇ ਹੁਣ ਦੀ ਗੱਲ ਹੋਵੇ ਅਸੀਂ ਉਹਨਾਂ ਨੂੰ ਰਿਵਿਊ ਯਾਨੀ ਮੁੜ ਵਿਚਾਰ ਕਰਾਂਗੇ ਉਹਦੇ ਉੱਪਰ ਕਿ ਵਾਕਈ ਇਸ ਬੰਦੇ ਨੂੰ ਲਾਇਸੈਂਸ ਦੀ ਹਥਿਆਰ ਦੀ ਜ਼ਰੂਰਤ ਹੈ ਜਾਂ ਫਿਰ ਨਹੀਂ ਤੇ ਜਿਨ੍ਹਾਂ ਨੂੰ ਨਹੀਂ ਲੋੜ ਮਹਿਸੂਸ ਹੋਊਗੀ ਉਹਨਾਂ ਦੇ ਅਸੀਂ ਜਿਹੜੇ ਲਾਇਸੈਂਸਾਂ ਉਰਦ ਕਰ ਦੇਾਂਗੇ। ਗੱਲ ਇਹ ਹੈ ਟਾਲਾ ਸਾਹਿਬ ਵੀ ਅਸੀਂ ਹਰ ਇੱਕ ਗੱਲ ਦੇ ਉੱਪਰ ਨਾ ਆਪਣੀ ਲੱਤ ਨਹੀਂ ਫਸਾ ਸਕਦੇ। ਹਰ ਇੱਕ ਗੱ ਇਹ ਤਾਂ ਆਪਾਂ ਦਾ ਪੁੱਠੇ ਪਾਸੀ ਚੱਲਾਂਗੇ ਕੀ ਗਨ ਕਲਚਰ ਚੰਗਾ ਲੱਗਦਾ ਕਾਂਗਰਸ ਨੂੰ ਤਾਂ ਅਸੀਂ ਅਗਲੀ ਗੱਲ ਕਰਤੀ ਕਹਿੰਦੇ ਹਥਿਆਰਾਂ ਵਾਲੇ ਗੀਤਾਂ ਦੇ ਉੱਤੇ ਪਾਬੰਦੀ ਦੀ ਕੋਈ ਗੱਲ ਨਹੀਂ ਕਹਿੰਦੇ ਅਸਟਾ ਡੀਸੀ ਦਫ਼ਤਰਾਂ ਦੇ ਮੂਹਰੇ ਤੇ ਐਸਐਸਪੀ ਦਫ਼ਤਰਾਂ ਦੇ ਮੂਹਰੇ ਗਾਣੇ ਬਜਾਵਾਂਗੇ ਤੁਸੀਂ ਪਾ ਲੋ ਭੰਗੜੇ ਉਹਨਾਂ ਗਾਣਿਆਂ ਤੇ ਮੈਨੂੰ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਵੀ ਇਹ ਕਿਹੜੀ ਜ਼ਦਬਾਦੀ ਹੋਈ ਕਿ ਤੁਸੀਂ ਰੋਕਿਆ ਮੈਂ ਤਾਂ ਇਹ ਕਰੂੰਗਾ ਤੁਸੀਂ ਰੋਕਦੇ ਮੈਂ ਤਾਂ ਇਹ ਕਰੂੰਗਾ ਨਾਲੇ ਇਹ ਕਿੰਨੀ ਕਿ ਚੰਗੀ ਗੱਲ ਹੈ ਜਿਹੜੀ ਤੁਸੀਂ ਕਰਨ ਬਾਰੇ ਸੋਚ ਰਹੇ ਹੋ ਕਿ ਤੁਸੀਂ ਚਾਹੁੰਦੇ ਹੋ ਵੀ ਨੌਜਵਾਨ ਪੀੜ੍ਹੀ ਜਿਹੜੀ ਹੈ ਸਾਡੀ ਜਿਹੜੀ ਬਿਲਕੁਲ ਸਹੀ ਗੱਲ ਆ ਕਿਹੜੀ ਜ਼ਿੱਦ ਹੋਈ ਭਲਾ ਵੀ ਅਸੀਂ ਡੀਸੀ ਦਫ਼ਤਰ ਦੇ ਮੋੜੇ ਜਾ ਕੇ ਬਿਜਾਵਾਂਗੇ ਕਾਂਗਰਸ ਨੂੰ ਬੇਨਤੀ ਹੱਥ ਜੋੜ ਕੇ ਇਹ ਆ ਵੀ ਬਹੁਤ ਸਾਰੇ ਮਸਲੇ ਹੋਰ ਵੀ ਆ ਜਿਹਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਜਾਨ ਪੈ ਸਕਦੀ ਆ ਹੂੰ ਇਹ ਕੋਈ ਮਸਲਾ ਨਹੀਂਗਾ ਹੂੰ ਪੰਜਾਬ ਦੇ ਲੋਕਾਂ ਨੂੰ ਰੋਟੀ ਦੀ ਲੋੜ ਆ ਜਾਂ ਪੰਜਾਬ ਦੇ ਲੋਕਾਂ ਨੂੰ ਹਥਿਆਰਾਂ ਦੀ ਲੋੜ ਆ ਇਹਦੇ ਬਾਰੇ ਤੁਸੀਂ ਆਪ ਵੀ ਕੱਢੇ ਸੋਚੋ ਹੂੰ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੀ ਲੋੜ ਆ ਕਿ ਪੰਜਾਬ ਦੇ ਲੋਕਾਂ ਨੂੰ ਹਥਿਆਰ ਦੀ ਲੋੜ ਆ ਕਦੇ ਇਹਦੇ ਬਾਰੇ ਆਪੇ ਸੋਚਿਓ ਜੀ ਨਾਲੇ ਗੱਲੇ ਆਪਾਂ ਉਧਰ ਗੌਰ ਹੀ ਨਹੀਂ ਕਰਦੇਗੇ ਜਿਹੜਾ ਅਸਲ ਮੁੱਦਾ ਉਹਦੇ ਵੱਲ ਧਿਆਨ ਨਹੀਂ ਕਰਦੇ ਤੇ ਜਿਹੜਾ ਮੁੱਦਾ ਹੀ ਹੈ ਨੀਗਾ ਦੇਖੋ ਇਹਦੇ ਬਾਰੇ ਤਾਂ ਬੜੀ ਕਲੀਅਰ ਬੜੀ ਸਪਸ਼ਟ ਗੱਲ ਆ ਵੀ ਬਹੁਤ ਸਾਰੇ ਲੋਕਾਂ ਦੇ ਕੋਲੇ ਚਾਹੀਦੇ ਵੀ ਹਥਿਆਰ ਪਰ ਬਹੁਤ ਸਾਰੇ ਲੋਕ ਮਿਲਮਰਾਜ਼ੇ ਵੀ ਰੱਖਦੇ ਟੋਕਾ ਕਰਦੀ ਦੇ ਚੱਕਰ ਦੇ ਵਿੱਚ ਵੀ ਸਾਨੂੰ ਐਮਐਲਏ ਜਾਣਦਾ ਸਾਨੂੰ ਫਲਾਣਾ ਅਧਿਕਾਰੀ ਜਾਣਦਾ ਉਹਦੀ ਸਿਫਾਰਸ਼ ਦੇ ਨਾਲ ਉਹ ਲਾਇਸੈਂਸ ਲੈ ਲਿਆ ਪਰ ਇਹਦੀ ਲੋੜ ਨਹੀਂ ਕੀ ਹੂੰ ਆਪਾਂ ਕੀ ਖੋਣ ਖੋਲਿਆ ਹੁਣ ਤੱਕ ਇੱਕ ਪਾਸੇ ਰਾਹੁਲ ਗਾਂਧੀ ਹੋਰੀ ਭਾਰਤ ਜੋੜੋ ਯਾਤਰਾ ਕਰ ਰਿਹਾ ਵੀ ਲੋਕਾਂ ਨੂੰ ਨਾਲ ਲੈ ਕੇ ਅਸੀਂ ਅੱਗੇ ਵਧਣਾ ਹੈ ਲੋਕ ਕਾਂਗਰਸ ਤੋਂ ਜਿਹੜੇ ਟੁੱਟ ਗਏ ਉਹ ਨਾਲ ਜੁੜ ਜਾਣ ਦੁਬਾਰਾ ਤੇ ਦੂਜੇ ਪਾਸੇ ਇਹੋ ਜਿਹੀਆਂ ਗੱਲਾਂ ਕਰੇ ਤੁਹਾਨੂੰ ਲੱਗਦਾ ਲੋਕ ਇਦਾਂ ਜੁੜਨਗੇ ਸੂਝਵਾਨ ਲੋਕ ਨਿੱਜੀ ਗੱਲਾਂ ਨੇ ਜਿਹੜੀਆਂ ਨਿੱਜੀ ਗੱਲਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿ ਹੋ ਜੀਆਂ ਹੁੰਦੀਆਂ ਭਗਵੰਤ ਮਾਨ ਨੇ ਇਹ ਗੱਲ ਕਹੀ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦੇ ਮੌਕੇ ਵੀ ਭਾਈ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਦੇ ਵੱਲੋਂ ਸ਼ਾਇਦ ਇੱਥੇ ਫੇਰ ਆ ਨਹੀਂ ਪਾਇਆ ਗਿਆ ਹਮ ਇੱਥੇ ਕਦੇ ਸੋਚਿਆ ਨਹੀਂ ਗਿਆ ਤੇ ਅਕਾਲੀ ਦਲ ਦੇ ਕੁਝ ਆਗ ਕਿ ਵੱਡੇ ਬਾਦਲ ਸਾਹਿਬ ਨਹੀਂ ਇੱਥੋਂ ਦੇ ਸਮਾਰਕ ਦਾ ਨਹੀਂ ਪੱਥਰ ਰੱਖਿਆ ਸੀ ਠੀਕ ਪੀਤੀ ਖਾਦੀ ਦੇ ਵਿੱਚ दारू ਦੇ ਵਿੱਚ ਟਨ ਹੋ ਕੇ ਤੇ ਭਗਵੰਤ ਮਾਨ ਕੁਝ ਵੀ ਕਹਿ ਜਾਂਦਾ ਯਾਰ ਇਹ ਚੋਬਾ ਲਾਉਣ ਵਾਲੀ ਗੱਲ ਆ ਤੁਸੀਂ ਇਹ ਗੱਲ ਕਹੋ ਜੀ ਕਿ ਤਰਕ ਦੇ ਆਧਾਰ ਤੇ ਅਸੀਂ ਆ ਗੱਲ ਕਹਿੰਦੇ ਆ ਵੀ ਭਗਵੰਤ ਮਾਨ ਝੂਠ ਬੋਲਦਾ ਭਗਵੰਤ ਮਾਨ ਨੂੰ ਜਾਣਕਾਰੀ ਦੀ ਘਾਟ ਆ ਭਗਵੰਤ ਮਾਨ ਦੇ ਕੋਲੇ ਤੱਥਾਂ ਦੀ ਕਮੀ ਆ ਆ ਦੇਖੋ ਜੀ ਸਾਡੇ ਕੋਲੇ ਵੀਡੀਓ ਆ 2017 2018 ਜਾਂ ਕਿਸੇ ਵੀ ਸਾਲ ਦੇ ਵਿੱਚ ਆ ਅਸੀਂ ਕੀਤਾ ਜੀ ਵੱਡੇ ਬਾਦਲ ਸਾਹਿਬ ਨੇ ਆ ਕੁਝ ਕੀਤਾ ਤੁਸੀਂ ਗੱਪ ਮਾਰਦੇ ਹੋ ਪਰ ਉਹ ਚੋਬਾਂ ਲਾਉਣੀਆਂ दारू ਦੇ ਵਿੱਚ ਟੰਨ ਹੋਏ ਰਹਿੰਦੇ ਆ ਲੰਮੇ ਪਏ ਰਹਿੰਦੇ ਆ ਸੁਧ-ਬੁੱਧ ਗਵਾਈ ਫਿਰਦੇ ਆ ਤੁਹਾਨੂੰ ਪਤਾ ਹੀ ਨਹੀਂ ਐਦਾਂ ਨਹੀਂ ਗੱਲਾਂ ਇਹੋ ਜਿਹੀਆਂ ਗੱਲਾਂ ਜੇਕਰ ਆਮ ਆਦਮੀ ਪਾਰਟੀ ਸਰਕਾਰ ਦਾ ਕੋਈ ਵੀ ਬੰਦਾ ਅਕਾਲੀ ਦਲ ਬਾਰੇ ਕਾਂਗਰਸ ਬਾਰੇ ਜਾਂ ਹੋਰਨਾ ਬਾਰੇ ਕਰੇ ਤਾਂ ਉਹ ਵੀ ਗਲਤ ਆ ਜੇ ਕੋਈ ਹੋਰ ਇਹਨਾਂ ਬਾਰੇ ਕਰੇ ਤਾਂ ਉਹ ਵੀ ਗਲਤ ਆ ਦੇਖੋ ਤਰਕ ਨਾਲ ਗੱਲ ਹੋਣੀ ਚਾਹੀਦੀ ਆ ਨਿੱਜਤਾ ਦੀ ਗੱਲ ਫੇਰ ਉੱਥੇ ਆ ਗਈ ਜੜਾ ਸਾਹਿਬ ਕਿ ਕਿਸੇ ਤੇ ਨਿੱਜੀ ਹਮਲੇ ਕਰਨਾ ਤੂੰ ਐ ਹੈ ਤੂੰ ਐ ਹੈ ਤੂੰ ਐ ਹੈ ਉਹ ਗਲਤ ਚੀਜ਼ ਆ ਤੁਸੀਂ ਜਿਹੜੀ ਤਰਕ ਦੀ ਗੱਲ ਆ ਉਹ ਕਰੋ ਵੀ ਮੰਨਦੇ ਆ ਕਿ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿੱਥੇ ਖੜ ਕੇ ਉਹ ਬੋਲ ਰਹੇ ਸੀ ਉਹ ਸਭ ਕੁਝ ਦਾ ਜਿਹੜਾ ਬਦੋਬਸਤਾ ਹੈ ਕਹਿ ਲਓ ਵੀ ਉਹ ਸਭ ਕੁਝ ਦਾ ਕਹਿ ਲਓ ਸ਼ੁਰੂਆਤ ਉਹ ਸਭ ਕੁਝ ਦੀ ਜਿਹੜੀ ਸ਼ੁਰੂਆਤ ਹੈ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਕੀਤੀ ਗਈ ਸੀ 215 ਦੇ ਵਿੱਚ ਹੈਨਾ ਇਹ ਗੱਲ ਤੁਹਾਡੀ ਵਾਜਬ ਆ ਪਰ ਆ ਨਿੱਜੀ ਹਮਲੇ ਕਰਨੇ ਇਹ ਗਲਤ ਚੀਜ਼ ਬਿਲਕੁਲ ਸਹੀ ਜੰਚ ਦਾ ਵਿਚਾਰ ਪ੍ਰਾਈਮ ਇਸ਼ਾਰਾ ਟੀਵੀ ਤੇ ਵਕਫਤਬਾਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੇ ਦਾ ਵਿਚਾਰ ਦੇਖ ਰਹੇ ਤੁਸੀਂ ਮੈਂ ਹਰਮਨ ਤੇਂਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਟਾਣਾ ਸਾਹਿਬ ਹੁਣ ਗੱਲ ਕਰਦੇ ਆਪਾਂ ਰਵੀਕੌਰ ਦੀ ਹੂੰ ਰਵੀਕੌਰ ਤਾਂ ਕਮਾਲ ਨਹੀਂ ਕਰੀ ਜਾਂਦੀ ਬਿਲਕੁਲ ਜੀ ਬਿਲਕੁਲ ਬਹੁਤ ਸਿਆਣੀ ਬੱਚੀ ਹੈ ਜੀ 8 ਸਾਲ ਦੀ ਬੱਚੀ ਹੈ ਹੂੰ ਉਹਦੇ ਮਾਪੇ ਵੀ ਨਾਲ ਆ ਖਾਸ ਕਰਕੇ ਪਿਤਾ ਜੀ ਨਾਲ ਆ ਤੇ ਸਾਈਕਲ ਦੇ ਉੱਤੇ ਉਹਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹੂੰ ਸਫਰ ਸ਼ੁਰੂ ਕਰ ਦਿੱਤਾ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਮਹਿੰਮ ਨੂੰ ਅੱਗੇ ਲਿਜਾਣ ਦੇ ਲਈ ਇਸ ਬੱਚੀ ਦੇ ਵੱਲੋਂ ਇਹ ਉਦਮ ਕੀਤਾ ਗਿਆ ਲੋਕਾਂ ਵਿੱਚ ਅਲਖ ਜਗਾਉਣ ਦੇ ਲਈ ਬਿਲਕੁਲ ਇਸ ਬੱਚੀ ਨੇ ਕਸ਼ਮੀਰ ਦੇ ਲਾਲਚੌਂਗ ਤੋਂ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਹੈ ਔਰ ਕਸ਼ਮੀਰ ਤੋਂ ਕਨਿਆ ਕੁਮਾਰੀ ਕੋਈ 4500 ਕਿਲੋਮੀਟਰ ਦਾ ਕਹਿੰਦੇ ਲਗਭਗ ਬਣਦਾ ਹੈ ਇਹ ਸਫਰ ਤੇ ਉਹ ਤੈਅ ਕਰਨਾ ਹੈ ਸਾਈਕਲ ਨਾਲ ਹੀ ਹਰ ਰੋਜ਼ 100 ਕਿਲੋਮੀਟਰ ਸਾਈਕਲ ਚਲਾਉਂਦੀ ਹੈ ਤੇ ਇਹ ਬੱਚੀ ਪੜ੍ਹਾਈ ਦੇ ਵਿੱਚ ਵੀ ਅਵਲ ਹੈ ਇਹਦੇ ਵੱਲੋਂ ਫੋਨ ਦੇ ਉੱਤੇ ਆਨਲਾਈਨ ਕਲਾਸ ਲਾਈ ਜਾਂਦੀ ਹੈ ਅਧਿਆਪਕਾਂ ਦੇ ਨਾਲ ਫੋਨ ਦੇ ਉੱਤੇ ਸਵਾਲਾਂ ਨੂੰ ਸਮਝ ਲਿਆ ਜਾਂਦਾ ਹੈ ਤੇ ਪਿਤਾ ਦੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਇਸ ਤੋਂ ਪਹਿਲਾਂ ਵੀ ਇਹ ਬੱਚੀ ਹੈ ਜਿਹੜੀ ਕਈ ਸੈਂਕੜੇ ਕਿਲੋਮੀਟਰ ਦਾ ਸਫਰ ਸਾਈਕਲ ਦੇ ਉੱਤੇ ਤੈਅ ਕਰ ਚੁੱਕੀ ਆ ਇਹਦਾ ਹੁਣ ਕਈ ਮਹੀਨੇ ਦਾ ਇਹ ਸਫਰ ਹੈਗਾ ਇਹਦੇ ਵੱਲੋਂ ਇਸ ਤਰੀਕੇ ਨਾਲ ਵਿਚਰਿਆ ਜਾਣਾ ਚਲੋ ਚੰਗੀ ਗੱਲ ਹੈ ਛੋਟੀ ਉਮਰ ਦੇ ਵਿੱਚ ਬੱਚੀ ਜਦੋਂ ਲੋਕਾਂ ਦੇ ਵਿੱਚ ਜਾ ਕੇ ਵਿਚਰੂਗੀ ਵਕ ਵਕ ਥਾਵਾਂ ਨੂੰ ਦੇਖੂਗੀ ਤੇ ਕਈ ਕੁਝ ਅਬਜ਼ਰਵ ਕਰੂਗੀ ਕਈ ਕੋਈ ਜਜ਼ਬਾ ਕਰੂਗੀ ਕਈ ਕੁਝ ਹਾਸਲ ਕਰੂਗੀ ਤੇ ਸਮਾਜ ਦੇ ਵਿੱਚ ਕੀ ਕੁਝ ਹੁੰਦਾ ਵਾਪਰਦਾ ਸਾਡੇ ਸੱਭਿਆਚਾਰ ਕਿ ਹੋ ਜਾ ਸਾਡੀਆਂ ਬੋਲੀਆਂ ਕਿਹੋ ਜੀਆਂ ਸਾਡਾ ਰਹਿਣ ਸਹਿਣ ਕਿਹੋ ਜਾਂ ਸਾਡੇ ਪਹਿਰਾਵੇ ਕਿਹੋ ਜੇ ਆ ਸਾਡੀ ਜੀਵਨ ਜਾਂਚ ਕਿਹੋ ਜੀ ਆ ਬੜਾ ਕੁਝ ਸਿੱਖ ਕੇ ਮਣੂ ਗੀ ਬਿਲਕੁਲ ਔਰ ਸਭ ਤੋਂ ਜ਼ਿਆਦਾ ਸ਼ਾਬਾਸ਼ਤਾ ਇਹਦੇ ਮਾਪਿਆਂ ਨੂੰ ਦੇਣੀ ਬਣਦੀ ਹੈ ਟਾਣਾ ਸਾਹਿਬ ਜਿਨ੍ਹਾਂ ਨੇ ਇਸ ਬੱਚੀ ਦੀ ਹੌਸਲਾ افزਾਈ ਕੀਤੀ ਤੇ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਕਰ ਜੋ ਕਰਨਾ ਚਾਹੁੰਦੀ ਨਹੀਂ ਤਾਂ ਬਹੁਤੀ ਵਾਰ ਬੱਚਾ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਬਹੁਤੀ ਵਾਰ ਉਹ ਕੋਈ ਨਾ ਕੋਈ ਵੱਖਰਾ ਕਰਨਾ ਚਾਹੁੰਦੇ ਹੁੰਦੇ ਆ ਪਰ ਪਰਿਵਾਰਕ ਸਹਿਯੋਗ ਦੀ ਘਾਟ ਦਾ ਕਰਕੇ ਕਿਤਨਾ ਕਿਤੇ ਉਹ ਪਿੱਛੇ ਰਹਿ ਜਾਂਦੇ ਨੇ ਸੋ ਸ਼ਾਬਾਸ਼ ਹੈ ਤਾਂ ਪਰਿਵਾਰਕ ਜੀਆ ਨੇ ਮਾਪਿਆਂ ਦੇ ਹੂੰ ਜਦੋਂ ਅਸੀਂ ਛੋਟੇ ਸੀਗੇ ਸਾਡੇ ਤਾਂ ਉਂਗਲ ਫੜ ਕੇ ਸ਼ਹਿਰ ਲੈ ਜਾਣਾ ਤੇ ਦੋ ਤਿੰਨ ਐਵੇਂ ਪੈ ਜਾਣੀਆਂ ਜੇ ਕਿਤੇ ਉਂਗਲ ਛੱਡੀ ਤੇ ਚਪੇੜ ਪਾਉ ਜੇ ਕਿਤੇ ਗਵਾਚ ਗਿਆ ਨਾ ਫੇਰ ਵੇਖੀ ਮੈਂ ਆ ਸੋਚੀ ਜਣਾ ਮੈਂ ਗਵਾਚਦਾ ਕਦੋਂ ਆ ਵੀ ਮੈਂ ਤਾਂ ਆਪ ਉਦੋਂ ਭੱਜ ਨੱਟ ਪੈ ਜਾਂਦੀ ਆ ਜੇ ਮੈਨੂੰ ਦੱਸੋ ਨਾ ਤੇ ਮੇਰੇ ਐਵੇਂ ਪੈ ਜਾਣੀਆਂ ਜੇ ਤੂੰ ਉਂਗਲ ਛੱਡੀ ਮੁੰਡਿਆ ਬੰਦਾ ਬਣ ਜਾ ਗੱਲ ਸਹੀ ਹੈ ਪਰ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਬੱਚੇ ਦੇ ਜੇਕਰ ਤੁਸੀਂ ਬੱਚੇ ਨੂੰ ਇਹ ਅਹਿਸਾਸ ਦਿਵਾ ਦਿਓ ਨਾ ਵੀ ਪੁੱਤ ਤੇਰੇ ਪਿੱਛੇ ਖੜੇ ਆ ਕੋਈ ਗੱਲ ਨਹੀਂ ਤੂੰ ਚੱਲ ਜਿਹੜੇ ਰਸਤੇ ਦੇ ਉੱਪਰ ਚੱਲਣਾ ਹੈ ਤਾਂ ਮੈਨੂੰ ਲੱਗਦਾ ਕਿ ਬੱਚਾ ਵਧੇਰੇ ਚੀਜ਼ਾਂ ਸਿੱਖਦਾ ਔਰ ਵਧੇਰੇ ਉਹ ਰਿਸਪਾਂਸਿਬਲ ਤਰੀਕੇ ਨਾਲ ਰਿਸਪੌਂਸਿਬਲ ਜ਼ਿੰਮੇਵਾਰੀ ਨਾਲ ਜ਼ਿੰਮੇਵਾਰੀ ਦੇ ਨਾਲ ਮਾਫੀ ਚਾਹਨੀ ਹੈ ਉਹ ਵਧੇਰੇ ਜ਼ਿੰਮੇਵਾਰੀ ਦੇ ਨਾਲ ਉਸ ਕਾਰਜ ਨੂੰ ਪੂਰਾ ਕਰਦਾ ਵੀ ਮੇਰੇ ਮਾਪਿਆਂ ਦਾ ਵਿਸ਼ਵਾਸ ਹੈ ਮੇਰੇ ਉੱਪਰ ਤੇ ਮੈਂ ਉਹਨੂੰ ਤੋੜਨਾ ਨਹੀਂ ਗੋਰਿਆਂ ਦੇ ਵਿੱਚ ਤਾਂ ਨਾ ਭਾਰਤੀ ਮਾਪਿਆਂ ਦੇ ਵਿੱਚ ਫਰਕ ਬਹੁਤ ਆ ਗੋਰੇ ਆਪ ਦੇ ਬੱਚੇ ਨੂੰ ਵਿੱਚ ਤੇ ਲੈ ਕੇ ਜਾਣਗੇ ਉਹਨੂੰ ਪਾਣੀ ਦੇ ਵਿੱਚ ਵੜਨ ਤੋਂ ਰੋਕਦੇ ਨਹੀਂ ਉਹ ਕਹਿਣਗੇ ਵੀ ਦੇਖੋ ਜਿੱਥੋਂ ਤੱਕ ਤੈਨੂੰ ਸੁਰੱਖਿਤ ਲੱਗਦਾ ਨਾ ਉੱਥੋਂ ਤੱਕ ਜਾਏ ਉਹਨਾਂ ਲਹਿਰਾਂ ਤੱਕ ਹੀ ਜਾਣਾ ਬਹੁਤਾ ਡੂੰਘਾ ਨਹੀਂ ਜਾਣਾ ਸਾਡੇ ਵਾਲੇ ਜੇ ਮੁੰਡਿਆ ਤੂੰ ਪਾਣੀ 'ਚ ਡੁੱਬ ਗਿਆ ਤੇਨੂੰ ਮਾਰ ਦੂ ਘਟ ਘਟ ਕੇ ਤੇਰੀ ਮੈਂ ਜਾਨ ਕੱਢ ਦੂੰ ਤੇਰੀ ਵੇ ਤੂੰ ਡੁੱਬ ਜਾਏਗਾ ਵੇ ਤੂੰ ਡੁੱਬ ਜਾਏਗਾ ਅਗਲਾ ਭਾਵੇਂ ਪਚੰਗਾ ਭਲਾ ਤੈਨਾਂ ਜਾਣਦਾ ਹੋਇਓ ਨਾ ਉਹਨੂੰ ਪਾਣੀ ਦੇ ਨੇੜੇ ਹੀ ਨਹੀਂ ਜਾਣ ਦਿੰਦੇ ਉਹਨੇ ਤਰਾਕ ਸੁਆਬ ਬਣਨਾ ਕੋ ਮਾੜਾ ਮੋਟਾ ਉਹਨੂੰ ਤਜਰਬਾ ਕਰਨ ਦਿਓ ਕਦੇ ਕੋਲੇ ਖੜ ਕੇ ਤਜਰਬਾ ਕਰਾਓ ਬੇ ਪੁੱਤ ਐ ਨਹੀਂ ਐ ਕਰਿਆ ਕਰ ਹਾਂ ਉਹ ਰੁਕਈ ਜਾਣ ਕਿ ਬੇ ਨੇਰੀ ਲਾੜੇ ਪੜੀ ਚੱਲ ਤੂੰ ਮੈਂ ਕੋਲੇ ਬੈਣਾ ਡੰਡਾ ਲਾ ਕੇ ਕੋਲੇ ਬਹਿ ਜਾਂਦੇ ਆ ਜੀ ਬਿਲਕੁਲ ਤੂੰ ਪੜਨੇ ਇਤਕੀ ਜਿਹੜੇ 99 ਫੀਸਦੀ ਨੰਬਰ ਨਾ ਆਏ ਮੈਂ ਤੇਰੇ ਨਾਸਾਂ ਬੰਦੂ ਪਰ ਮੈਨੂੰ ਇਹ ਲੱਗਦਾ ਟਾਣਾ ਸਾਹਿਬ ਇਹ ਕਿੰਨੇ ਫੀਸਦੀ ਨੰਬਰ ਲੈਨੇ ਇਹ ਸ਼ਾਇਦ ਇਹ ਗੱਲ ਮਾਇਨੇ ਨਹੀਂ ਰੱਖਦੀ ਪਰ ਕਿੰਨੀ ਕੁ ਸਮਝ ਨਾਲ ਬੱਚਾ ਪੜਿਆ ਉਹਨੂੰ ਕਿੰਨੀ ਕੁ ਸਮਝ ਆਈ ਹੈ ਉਸ ਚੀਜ਼ ਦੀ ਕਿੰਨਾ ਕੁ ਵਕਤ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਨਾਲ ਕਹਿ ਲਓ ਵੀ ਤਾਲਮੇਲ ਬਿਠਾ ਕੇ ਤੇ ਸਮਝ ਪਾਇਆ ਬਿ ਜੇ ਤੁਸੀਂ ਨਿਆਣੇ ਨੂੰ ਰੱਟਾ ਹੀ ਲਵਾਈ ਜਾਣਾ ਵੀ ਨਹੀਂ ਨੰਬਰ ਆ ਜਾਣ ਨੰਬਰ ਆ ਜਾਣ ਤੇ ਉਹਦਾ ਵੀ ਕੋਈ ਫਾਇਦਾ ਨਹੀਂ ਪੜਾਈ ਦਾ ਗੱਲ ਸਹੀ ਆ ਚੰਚ ਦਾ ਵਿਚਾਰ ਟਾਣਾ ਸਾਹਿਬ ਤੁਹਾਡੇ ਹੱਥੋਂ ਇੱਕ ਬਹੁਤ ਵਧੀਆ ਮੌਕਾ ਨਿਕਲ ਗਿਆ ਪਤਾ ਕੀ ਗੱਲ ਹੋ ਗਈ 57 ਲੱਖ ਦੀ ਨੌਕਰੀ ਹੱਥੋਂ ਨਿਕਲ ਗਈ 57 ਲੱਖ ਮਹੀਨੇ ਦਾ ਇਸ ਸਾਲ ਦਾ ਘਟੋ ਘਟ ਪਾਉਣੇ 5 ਲੱਖ ਰੁਪਏ ਮਹੀਨਾ ਮੇਰੀ ਤਨਖਾਹ ਹੋਣੀ ਮੈਨਿਆ ਕਰਨਾ ਸੀ ਤੁਹਾਨੂੰ ਤੇ ਮੈਨੂੰ ਪਹਿਲਾਂ ਦੱਸ ਦੇ ਮੈਂ ਤਾਂ ਉਹ ਲੁੱਡੀਆਂ ਪਾਉਣਾ ਜਾਂਦਾ ਹੁਣ ਤਾਂ ਮੌਕਾ ਨਿਕਲ ਗਿਆ ਨਾ ਹੁਣ ਕੀ ਫਾਇਦਾ ਨਹੀਂ ਹਮੇਸ਼ਾ ਮੈਨੂੰ ਬਾਅਦ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਦੇ ਨਹੀਂ ਮੇਰਾ ਭਲਾ ਕੀਤਾ ਲੈਣੇ ਕਦੇ ਵੀ ਮੈਂ ਯਕੀਨ ਨਾਲ ਕਹਿੰਨਾ ਮੈਨੂੰ ਬਿਲਕੁਲ ਨਹੀਂ ਚੇਤੇ ਵੀਰਾਂ ਨੇ ਕਦੇ ਮੇਰਾ ਬੇਲੇ ਸਰ ਪੜਾ ਕੀਤਾ ਹੋਵੇ ਵੀ ਆ ਲਓ ਸਵਰਨ ਸਿੰਘ ਆ ਗੱਲ ਐਉਂ ਹੋ ਜੂਗੀ ਆ ਕੰਮ ਜੇ ਤੂੰ ਕਰ ਲੈ ਤੈਨੂੰ 4 ਰੁਪਏ ਬਣ ਜਾਣੇ ਆ ਤੇਰੇ ਮੁੱਠੇ ਚੋਂ ਦਿਲ ਪੈ ਜਾਣਾ ਪਿਛਲੀ ਆ ਬਿਜਲੀ ਦਾ ਬਿੱਲ ਦਿੱਤਾ ਜਾਣਾ ਮਨ ਮਹਿਸੂਸ ਕਰਦੇ ਜਿੱਦਾਂ ਮੈਂ ਕਹਾਂ ਨਾ 25 ਰੁਪਏ ਦਿਓ ਮੈਂ ਬਿੱਲ ਦੇਣਾ ਲੈ ਲਓ ਨਾ ਸਾਹਿਬ ਤੁਸੀਂ ਆਪੇ ਤਾਂ ਕਹਿੰਦੇ ਮੈਂ ਮੋਹ ਮਾਇਆ ਚ ਨਹੀਂ ਫਸਿਆ ਹੋਇਆ ਤੇ ਫਿਰ ਇਸੇ ਲਈ ਮੈਂ ਨਹੀਂ ਦੱਸਿਆ ਤੁਹਾਨੂੰ ਪਹਿਲਾਂ ਹੁਣ ਹੁਣ ਕਿਉਂ ਦੱਸਦੇ ਹੋ ਕਿਉਂਕਿ ਹੁਣ ਤਾਂ ਨੌਕਰੀ ਮਿਲ ਗਈ ਜਿਹਨੂੰ ਮਿਲਣੀ ਸੀ ਅੱਛਾ 57 ਲੱਖ ਅਗਲੇ ਦੇ ਘਰੇ ਜਾਇ ਕਰੂਗਾ ਤੇ ਨੌਕਰੀ ਵੀ ਕੋਈ ਬਹੁਤੀ ਔਖੀ ਨਹੀਂ ਘੁੰਮਣਾ ਫਿਰਨਾ ਹੀ ਆ ਬਸ ਮੈਂ ਘੁੰਮ ਲੂ ਵਾਦੂ ਨਾ ਹੁਣ ਨਹੀਂ ਫਾਇਦਾ ਹੁਣ ਤਾਂ ਜੇਨ ਪਾਰਕ ਨਾਲ ਕੋਈ ਹੋਰ ਹੀ ਘੁੰਮ ਕੀ ਗੱਲ ਕੀ ਵਿੱਚੋਂ ਅਸਲ ਵਿੱਚ ਇਹ ਦੀਬੀ ਸਕਾਟਲੈਂਡ ਦੀ ਰਹਿਣ ਵਾਲੀ ਹੈ ਅੱਛਾ ਇਹਨੇ ਨਾ 19 ਸਾਲ ਦੀ ਉਮਰ ਦੇ ਵਿੱਚ 17 ਇਨੇ ਨੇ ਨਾ 17 ਸਾਲ ਦੀ ਉਮਰ ਦੇ ਵਿੱਚ 9 ਕਰੋੜ 45 ਲੱਖ ਰੁਪਏ ਦੀ ਲਾਟਰੀ ਜਿੱਤੀ ਸੀ। ਅੱਛਾ ਠੀਕ ਹੈ ਉਸ ਵਾਰ ਪੈਸਾ ਤਾਂ ਬਹੁਤ ਆ ਗਿਆ ਪਰ ਇਹਨੂੰ ਇੱਕ ਬੁਆਏਫਰੈਂਡ ਚਾਹੀਦਾ ਸੀ। ਅੱਛਾ ਘੁੰਮੇ ਫਿਰੇ ਹੈਨਾ ਇਹਦੀਆਂ ਤਰੀਫਾ ਕਰੇ ਕਦੀ ਕਿਤੇ ਲੈ ਕੇ ਨੂੰ ਚਲ ਜਾ ਕਰੇ ਕਦੀ ਕਿਤੇ ਲੈ ਕੇ ਚਲ ਜਾ ਕਰੇ ਉਹਦੇ ਲਈ ਇਹਨੇ ਇਸ਼ਤਿਹਾਰ ਦਿੱਤਾ ਕਿ ਮੈਂ 57 ਲੱਖ ਰੁਪਏ ਸਾਲਾਨਾ ਤਨਖਾਹ ਦਵਾਂਗੀ ਜੇਕਰ ਕੋਈ ਮੇਰਾ ਬੁਆਏਫਰੈਂਡ ਬਣ ਜਾਤਾ। ਅੱਛਾ ਹਾਂ ਤੇ ਬਣ ਗਿਆ। ਕਿੰਨੇ ਲੋਕਾਂ ਨੇ ਅਰਜ਼ੀਆਂ ਪਾਈਆਂ? ਕਿੰਨੇ ਹੀ ਲੋਕਾਂ ਨੇ ਅਰਜ਼ੀਆਂ ਪਾਈਆਂ ਤੇ ਹੁਣ ਇੱਕ ਮੁੰਡਾ ਨੂੰ ਲੱਭ ਗਿਆ। अच्छा हां ते, ते, ते ओ नु ਹੁਣ ਤਨਖਾਹ ਦੇਊਗੀ 57 ਲੱਖ ਰੁਪਏ ਤੇ ਉਹਦਾ ਬੋਏਫਰੈਂਡ ਵੀ ਆ ਜੀ ਤੇ ਉਹ ਦੀ ਸਹਫਤਾ ਕਰੂਗਾ ਉਹ ਕਹਿੰਦਾ ਵੀ ਮੈਨੂੰ ਖਾਣਾ ਖਵਾਵੇ ਮੈਨੂੰ ਕਮਾਵੇ ਫਰਾਵੇ ਕਦੀ ਕਿਤੇ ਲੈ ਜਾਵੇ ਘਮਾਉਣ ਨੂੰ ਕਦੀ ਕਿਸੇ ਮੁਲਕ ਦੀ ਸੈਰ ਤੇ ਲੈ ਜਾਵੇ ਬਸ ਉਹ ਜਿਹੜੇ ਘਮਾਊ ਫਰਾਊ ਉਹ ਇਹ 57 ਲੱਖ ਦੇ ਵਿੱਚੋਂ ਕਿ ਉਹ ਆਪਦੇ ਲਾਊਗੀ ਨਾ ਨਾ ਉਹ ਗੱਲ ਉਹਨਾਂ ਦੀ ਆਪਸੀ ਆਪਾਂ ਵਿੱਚ ਉਗਲਾਉਂਦੇ ਨਾ 57 ਲੱਖ ਤਾਂ ਮਿਲ ਰਿਆ ਨਾ ਇਹ ਵੀ ਵੇਖਣਾ ਨਾ ਕਿ ਪੌਣੇ 5 ਲੱਖ ਰੁਪਏ ਮਹੀਨਾ ਬਣਦਾ ਤੇ ਉਹ ਕੱਲ ਨੂੰ ਕਹੇ ਜੀ ਆਪਾਂ ਤਾਂ ਇਧਰਲੇ ਪਾਸੇ ਨੂੰ ਜਾਣੇ ਆ ਤੇ ਉਹ ਤੀਜੇਣ ਪੈਸੇ ਲੱਗ ਜਾਣ ਸਾਰੇ ਇਹ ਵੀ ਗੱਲ ਸਹੀ ਆ ਪਰ ਫਿਲਹਾਲ ਤਾਂ ਅਗਲੇ ਨੂੰ ਮਿਲੇ ਆ ਨਾ ਪੈਸੇ ਨਹੀਂ ਪਰ ਗੱਲ ਮੇਰੀ ਗੱਲ ਬਣਨੀ ਨਹੀਂ ਸੀ ਇੱਥੇ ਕਿਉਂ ਉਹਨੇ ਕਹਿਣਾ ਸੀ ਵੀ ਮੈਂ ਕਿੈਸੀ ਲੱਗ ਰਹੀ ਹਾਂ ਮੈਂ ਕਹਿਣਾ ਸੀ ਠੀਕ ਠੀਕ ਹੀ ਤਾਂ ਮੇਰੇ ਤਾਂ ਝੂਠ ਬੋਲਣੀ ਸੀ ਜਾਣਾ ਹਾਂ ਪਰ ਗੱਲ ਹੈ ਵੀ ਉੱਡੀ ਜੀ ਤਨਖਾਹ ਕਰਕੇ ਕਹਿ ਦਿੰਨਾ ਦੋ ਚਾਰ ਮਿੰਟ ਹਾਂ ਪਰ ਹੈ ਨਹੀਂ ਤੁਸੀਂ ਉਹਨੂੰ ਪਤਾ ਕੀ ਕਹਿਣਾ ਸੀ ਸਕਾਟਲੈਂਡ ਦੇ ਆਂਡਰ ਤੁਸੀਂ ਕਹਿਣਾ ਸੀ ਬਾਕੀ ਗੱਲਾਂ ਛੱਡ ਪਹਿਲਾਂ ਪੰਜਾਬੀ ਸਿਖਾ ਜਾ ਇੱਥੇ ਬੈਤ ਤੈਨੂੰ ਊੜਾੜਾ ਸਿਖਾਵਾਂ ਮੈਂ ਸਿਖਾ ਦੇਣਾ ਸੀ ਵਾਕਈ ਸਿਖਾ ਦੇਣਾ ਸੀ ਤਦਸੀ ਉਹਦੀ ਪੰਜਾਬੀ ਚੈੱਕ ਕਰਾਉਣੀ ਸੀ ਪਾਪਾ ਲੋਕਾਂ ਦੀਆਂ ਗੱਲਾਂ ਹੀ ਹੋ ਰਾ ਹਨਾ ਹਾਂ ਕੋਈ ਕਹਿੰਦਾ ਵੀ ਭਾਈ ਕੁੱਤਾ ਇਨੇ ਕਰੋੜ ਦਾ ਲੈ ਲਿਆ ਹੂੰ ਕੋਈ ਕਹਿੰਦਾ ਵੀ ਕੁੱਤੇ ਦਾ ਕੋਈ ਇਲਾਜ ਇਕਨੈਡ ਵਿੱਚ ਦੇਖਿਆ ਕੁੱਤੇ ਨੇ ਦੰਦ ਲਵਾਉਣ ਗਿਆ ਬੰਦਾ ਅੱਛਾ ਤਾਂ ਮੈਂ ਕਿਹਾ ਲੋਕ ਦੰਦ ਕਰਵਾਉਂਦੇ ਆ ਵੀ ਲਾਤ ਫੜਨ ਨੂੰ ਜੀ ਬਿਲਕੁਲ ਉਹ ਲਵਾਉਣ ਗਿਆ ਹਾਂ ਉਹਨੇ ਲੱਖਾਂ ਰੁਪਈਆ ਲਾਤਾ ਉਹਦੇ ਤੇ ਤੁਸੀਂ ਵੇਖੋ ਨਾ ਮੀਰਾ ਦੇ ਸ਼ੌਂਕ ਨੇ ਟਾਣਾ ਬਿੱਲਾ ਲੈ ਕੇ ਜਾਣਗੇ ਹਸਪਤਾਲ ਤੇ ਬਿੱਲੇ ਦਾ ਆਪਰੇਸ਼ਨ ਕਰਾਉਣ ਚੱਲੇ ਲੈ ਆਪਰੇਸ਼ਨ ਤਾਂ ਬਹੁਤ ਦੂਰ ਦੀ ਗੱਲ ਆਜਕਲ ਤਾਂ ਨਵਾਂ ਰਵਾਜ ਆ ਕੁੱਤਿਆਂ ਬਿੱਲਿਆਂ ਨੂੰ ਲੈ ਕੇ ਜਾਂਦੇ ਆ ਸਲੂਨ ਦੇ ਵਿੱਚ ਇਹਦੇ ਵਾਲ ਕਟਾਉਣੇ ਨੇ ਸਪਾ ਕਰਾਉਣਾ ਇਹਨੂੰ ਇਹਦੇ ਨੌ ਚਲਾਉਣੇ ਨੇ ਇਹ ਚੋਟਲੇ ਕਿਵੇਂ ਹਨ ਹਾਂ ਤੁਸੀਂ ਵੇਖੋ ਮੀਰਾ ਮੈਂ ਕਿੱਥੇ ਨਾ ਜਾਵਾਂ ਹਾਂਜੀ ਮਾਡਲ ਟਾਊਨ ਦੇ ਵਿੱਚ ਜੀ ਤੇ ਇੱਕ ਬੀਬੀ ਉਹ ਬੜੀ ਬਰੀਕ ਜੀ ਬੀਬੀ ਸੀਗੀ ਉਹ ਅੱਛਾ ਉਹ ਪਤਾ ਨਹੀਂ ਲੱਗਿਆ ਵੀ ਕਾਰ ਦੇ ਹੈਂਡਲ ਨਾਲ ਕੁਝ ਚੁੰਬੜਿਆ ਕਿ ਨਹੀਂ ਤੇ ਬਰਾਬਰ ਬੈਠਾ ਕੁੱਤਾ ਕੁੱਤਾ ਵੀ ਡਿੱਗੇ ਜੇ ਕੰਨਾਂ ਵਾਲਾ ਗਰੀਬ ਜਿਹਾ ਹੁੰਦਾ ਮਰਵਲ ਜਿਹਾ ਉਹ ਬਾਹਰ ਬੈਠਾ ਕਰੀ ਤੁਸੀਂ ਵੇਖੋ ਕੁੱਤੇ ਦੀ ਵੀ ਕੀ ਜਿੰਦਗੀ ਆ ਟਾਣਾ ਸਾਹਿਬ ਤੇ ਮੈਂ ਕਿਹਾ ਜੇ ਇਹਨੂੰ ਪੁੱਛ ਗਏ ਇਹਨਾਂ ਕਣ 3.5 ਲੱਖ ਦਾ 5 ਲੱਖ ਦਾ ਸਹੀ ਗੱਲ ਆ ਸਹੀ ਗੱਲ ਆ ਇਦਾਂ ਦੀਆਂ ਗੱਲਾਂ ਨਾੜੀਆਂ ਵਾਕਈ ਅਸੀਂ ਆਈ ਠੀਕ ਆ ਜ਼ਮਾਨਾ ਬਦਲ ਗਿਆ ਮਾਹੌਲ ਬਦਲ ਗਏ ਨੇ ਟਾਣਾ ਸਾਹਿਬ ਅੱਜ ਕੱਲ ਤਾਂ ਚੀਜ਼ਾਂ ਅੱਜ ਕੱਲ ਕੋਈ ਇਹ ਨਹੀਂ ਪੁੱਛਦਾ ਵੀ ਤੁਹਾਡੇ ਘਰੇ ਪਸ਼ੂ ਕਿਹੜੇ ਰਵੇ ਦਾ ਰੱਖਿਆ ਹੂੰ ਤੁਹਾਡੇ ਮੱਝ ਕਿਹੜੀ ਨਸਲ ਦੀ ਆ ਜੀ ਤੁਹਾਡੇ ਘਰੇ ਗਾਂ ਕਿਹੜੀ ਨਸਲ ਦੀ ਆ ਦੁੱਧ ਕਿੰਨਾ ਦਿੰਦੀ ਆ ਦੁੱਧ ਕਿੰਨਾ ਦਿੰਦੀ ਆ ਅੱਜ ਕੱਲ ਇਹ ਪੁੱਛਦੇ ਕੁੱਤਾ ਕਿਹੜੀ ਨਸਲ ਦਾ ਹੂੰ ਮੱਝ ਵੇਚ ਕੇ ਕੁੱਤਾ ਲੈਂਦੇ ਆ ਹੂੰ ਤੇ ਕੁੱਤੇ ਦੀ ਗੱਲ ਚਾਰੇ ਪਾਸੇ ਛੜਦੀ ਤੇ ਜਿਹਨੇ ਦੁੱਧ ਦੇਣਾ ਸਾਰੇ ਟੱਬਰ ਨੂੰ ਪਿਉਣਾ ਉਹਦੀ ਗੱਲ ਨਹੀਂ ਛੜਦੀ ਹਾਂ ਉਹ ਜਿਵੇਂ ਸਿਆਣੇ ਕਹਿੰਦੇ ਨੇ ਨਾ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਗੇ ਤਾਂ ਲੱ ਚੰਚਦਾ ਵੀਚਾਰ ਟਾਣਾ ਸਾਹਿਬ ਤੁਸੀਂ ਅਮੀਰਾਂ ਦੇ ਸ਼ੌਂਕ ਦੀ ਗੱਲ ਕਰ ਰਹੇ ਸੀ ਅੱਜ ਕੱਲ ਤਾਂ ਸ਼ੌਂਕ ਹੋਰ ਗਾਂ ਦੇ ਹੋ ਗਏ ਨਹੀਂ ਨਹੀਂ ਸ਼ੌਂਕ ਤਾਂ ਅਮੀਰਾਂ ਦੇ ਬੜੇ ਤਕੜੇ ਹੁੰਦੇ ਆ ਜੀ ਜੀ ਕੋਈ ਕਹੂਗਾ ਜਿਗਾ ਮੈਂ ਤਾਂ ਛੱਤ ਦੇ ਉੱਤੇ ਹੈਲੀਪੈਡ ਬਣਾਉਣਾ ਹਾਂ ਕਈ ਬੰਦੇ ਤਾਂ ਅਮੀਰ ਜਿਹੜੇ ਬਾਲੇ ਛੱਤ ਤੇ ਸਵਿਮਿੰਗ ਪੂਲ ਬਣਾਏ ਬੈਠੇ ਆ ਬਣਾਉਂਦੇ ਤੇ ਮੇਰੇ ਮਨ ਚੋਂ ਨੇ ਸਲਾਬਾ ਚੜ ਜਣਾ ਨੇ ਟਾਣਾ ਸਾਹਿਬ ਓੜ ਜਾ ਛੱਤ ਤੇ ਤੂੰ ਵੀ ਛੱਤਾ ਛੋੜ ਲਾਓ ਨਾ ਨਹੀਂ ਛੋੜੋ ਓੜ ਜਾ ਸਾਡੀ ਛੱਤ ਚੋਂਦੀ ਆ ਸਾਡੇ ਕਿਹੜਾ ਸਵਿਮਿੰਗ ਪੂਲ ਬਣਿਆ ਨਹੀਂ ਨਹੀਂ ਆਪਣੇ ਵੀ ਬਣਦਾ ਜਦੋਂ ਮੀਂਹ ਪੈ ਜਾਂਦਾ ਪਰ ਨਾਲਾ ਬੰਦ ਜੇ ਲਗਾਤਾਰ ਇਕਦਨ ਵਾਛੜ ਹੋ ਜਾਈ ਹਾਂ ਲਗਾਤਾਰ ਜੇ ਮੀਂਹ ਪਈ ਜਾਵੇ ਜੀ ਤੇ ਸਵਿਮਿੰਗ ਪੂਲ ਹੀ ਆਉਂਦਾ ਥੱਲੇ ਪਾਡੇ ਰੱਖਣੇ ਪੈਂਦੇ ਆ ਹਾਂ ਪਾਈ ਇੱਥੇ ਵੀ ਰਖਤਾ ਇੱਥੇ ਵੀ ਰਖਤਾ ਪਤਾ ਨਹੀਂ ਲੱਗਦਾ ਵੇ ਬੂੰਦ ਜੀ ਕਿਹੜੇ ਪਾਸੇ ਡਗਦੀ ਆ ਇਹਦੀ ਵਜ੍ਹਾ ਕੀ ਆ ਲੋਕ ਉੱਤੇ ਸਵਿਮਿੰਗ ਪੂਲ ਪਾਣੀ ਛੱਡੀ ਰੱਖਦੇ ਆ ਤੇ ਹਲਾਬਾ ਚੜੂਗਾ ਇਹ ਕਈਆਂ ਨੇ ਬੂਟੇ ਲਾਏ ਹੋਏ ਆ ਛੱਤ ਤੇ ਕਈ ਉੱਥੇ ਸਬਜ਼ੀ ਲਾਈ ਬੈਠੇ ਨੇ ਛੱਤ ਤੇ ਉਹ ਵੀ ਹਲਾਬੇਸ ਨੂੰ ਬੇਪਰਵਾਹ ਨਹੀਂ ਕਰਦੇ ਤੇ ਇੱਕ ਵ ਕਣੀ ਕੜੇ ਸਾਬ ਨਾ ਹੋਣੀ ਆ ਨਿੱਕੀ ਜਿਹੀ ਕੱਟੀ ਹੋਣੀ ਜਦੋਂ ਚੱਕ ਕੇ ਤਾਂ ਝੜ ਗਏ ਫੇਰ ਥੋੜਾ ਮਨ ਲੱਗਿਆ ਆਈ ਚਲੋ ਕੋਈ ਗੱਲ ਨਹੀਂ ਪਰ ਅੱਜ ਕਾ ਲੋਕਾਂ ਦੇ ਸ਼ੌਕ ਬਦਲ ਗਏ ਪਹਿਲਾਂ ਹੁੰਦਾ ਸੀ ਘੋੜੀਆਂ ਅਨਾ ਘੋੜੀਆਂ ਦੇ ਸ਼ੌਂਕੀ ਹੁੰਦੇ ਸੀ ਕੁੱਤਿਆਂ ਦੇ ਸ਼ੌਂਕੀ ਹੁੰਦੇ ਸੀ ਲੋਕ ਪਰ ਅੱਜ ਕੱਲ ਸੱਪਾਂ ਅਜਗਰਾਂ ਦੇ ਸ਼ੌਂਕੀ ਹੋ ਗਏ ਇਹ ਕਿੱਥੇ ਆ ਲੈ ਤੁਹਾਨੂੰ ਪਤਾ ਹੀ ਨਹੀਂ ਅੱਜ ਕੱਲ ਲੋਕ ਮਹਿੰਗੇ ਮਹਿੰਗੇ ਸੱਪ ਖਰੀਦਣ 'ਚ ਵਿਸ਼ਵਾਸ ਰੱਖ ਰਹੇ ਨੇ ਅੱਛਾ ਉਹ ਕਹਿੰਦੇ ਹੁਣ ਕੁੱਤੇ ਬਿੱਲੇ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਉਹ ਤਾਂ ਬੀਤਿਆਂ ਦੀ ਗੱਲ ਹੋ ਗਈ ਹੁਣ ਲੋਕ ਆਪਣੇ ਕੋਲ ਜ਼ਹਿਰੀਲੇ ਜ਼ਹਿਰੀਲੇ ਮਹਿੰਗੇ ਮਹਿੰਗੇ ਸੱਪ ਪਾਲਣ ਲੱਗ ਗਏ ਨੇ ਇਹ ਕਿਹੜਾ ਸ਼ੌਕ ਹੋਇਆ ਰਿਪੋਰਟ ਆਈ ਹੈ ਸਾਹਮਣੇ ਅੱਛਾ ਹਾਂ ਫਿਰ ਤਾਂ ਅਮੀਰ ਲਗਾਤਾਰ ਘਟਦੇ ਹੋਣੇ ਆ ਨਹੀਂ ਐਨੇ ਖਤਰਨਾਕ ਸੱਪ ਰੱਖੇ ਘਰੇ ਸੱਪ ਦਾ ਕੀ ਪਤਾ ਜੀ ਪਰ ਸ਼ੌਂਕ ਹੈ ਦੇਖ ਲੋ ਕੋਈ ਅਜਿਹਾ ਰੱਖੀ ਬੈਠਾ ਕੋ ਕਿੰਨੇ ਫੁੱਟ ਲੰਮਾ ਵੈਸੇ ਸੱਪ ਰੱਖੀ ਬੈਠਾ ਕੋਈ ਮਤਲਬ ਕਿਹੜੀ ਨਸਲ ਦਾ ਸੱਪ ਰੱਖੀ ਬੈਠਾ ਵੱਡੇ ਵੱਡੇ ਮਹਿੰਗੇ ਮਹਿੰਗੇ ਮੈਂ ਨਹੀਂ ਇਦਾਂ ਦਾ ਅਮੀਰ ਹੋਣਾ ਹਾਂ ਮੈਨੂੰ ਤਾਂ ਵੈਸੇ ਸੱਪ ਨੂੰ ਦੇਖ ਕੇ ਖੇਜੀ ਆਉਂਦੀ ਆ ਹਾਂ ਆਈ ਡੋਟ ਨੋ ਸਨੇਕ ਸਨੇਕ ਨੂੰ ਵੇਖ ਕੇ ਤਾਂ ਵੈਸੇ ਵੀ ਬੰਦੇ ਦੀਆਂ ਤਰੇਲੀਆਂ ਛੁੱਟ ਜਾਂਦੀਆਂ ਨੇ ਸਹੀ ਗੱਲ ਆ ਹਣਾ ਕੁੱਤੇ ਨੂੰ ਸੁਨੇਹ ਨਹੀਂ ਖਾਂਦਾ ਸੁਨੇਹ ਸਮਝ ਕੇ ਹਾਂ ਕੁੱਤੇ ਨੂੰ ਤਾਂ ਬੰਦਾ ਫਲੋਸ ਲਊਗਾ ਉਹਨੂੰ ਘਮਾਉਣ ਲੈ ਜਾਊਗਾ ਉਹਨੂੰ ਆਪਣੇ ਚਾਰ ਦੋਸਤਾਂ ਨੂੰ ਦਿਖਾਊਗਾ ਵੀ ਆਹ ਵੇਖੋ ਕੁੱਤਾ ਹੂੰ ਸੱਪ ਵੀ ਇਧਰ ਮੋ ਕਰਦਾ ਹੋਵੇ ਕਰਕੇ ਹਾਂ ਜਲ ਖਤਮ ਵੀ ਕੁੱਤ ਲਈ ਤਾਂ ਨਵਾਂ ਪਟਾ ਲੈ ਆਓ ਤੁਸੀਂ ਸੰਗળી ਲੈ ਆਓ ਹਨਾ ਹੋਰ ਕਿੰਨਾ ਬਿਸਤਰੇ ਬੁਸਤਰੇ ਜੇ ਮਿਲਦੇ ਨੇ ਸੱਪਲੀ ਕੱਪੇ ਬੜਾ ਹਾਂ ਇਹਨਾਂ ਲੋਕਾਂ ਬਾਰੇ ਗੱਲ ਨਾ ਕਰਿਆ ਕਰੋ ਆਈ ਡੋਂਟ ਲਾਈਕ ਦਿਸ ਪੀਪਲ ਆਈ ਹਾਏ ਦਿਸ ਨਹੀਂ ਦੀਜ਼ ਦੀਜ਼ ਪੀਪਲ ਹਾਂ 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 ਉਦਾਂ ਸਹੀ ਆਈ ਸੀ ਅੱਛਾ ਸਹੀ ਆਈ ਸੀ ਪੂਰਾ ਜੋਰ ਲਾਤਾ ਜਾਨ ਲਾ ਕੇ ਬੋਲੀ ਜਾਨ ਦਾਤ ਲਾ ਕੇ ਜੀ ਬਿਲਕੁਲ ਤੇ ਆਪਾਂ ਚੱਲੀਏ ਹੁਣ ਜਾਣ ਦਾ ਵੇਲਾ ਹੋ ਗਿਆ ਸਾਡੇ ਜਾਣ ਦਾ ਵੇਲਾ ਹੋ ਗਿਆ ਜੀ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈ ਪਹਚਾਓ ਦੋਵਾਂ ਨੂੰ ਇਜਾਜ਼ਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਜੱਜ ਦਾ ਵਿਚਾਰ